ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਜੀ। ਸ਼ੁਕਰੀਆ ਪੰਗੂ ਸਾਹਿਬ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਸਭਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਪੁਰਾਣੀ ਪਾਰਟੀ ਹੈ ਦੇਸ਼ ਦੀ ਤੇ ਪੰਜਾਬ ਦੀ ਇੱਕ ਵੱਡੀ ਪਾਰਟੀ ਰਹੀ ਆ ਸ਼੍ਰੋਮਣੀ ਅਕਾਲੀ ਦਲ। ਵੱਡੇ ਸੰਘਰਸ਼ ਲੜੇ ਨੇ ਇਸ ਪਾਰਟੀ ਨੇ, ਬੜੇ ਕਿ ਸਿਹਰੇ ਹੈਗੇ ਨੇ ਜਿਹੜੇ ਇਸ ਪਾਰਟੀ ਦੇ ਸਿਰ ਜਾਂਦੇ ਨੇ ਕਿ ਐਮਰਜੈਂਸੀ ਜਦੋਂ ਲੱਗੀ ਦੇਸ਼ ਦੇ ਵਿੱਚ 1975 ਦੇ ਵਿੱਚ, ਤਾਂ ਅਕਾਲੀਆਂ ਨੇ ਸਭ ਤੋਂ ਪਹਿਲਾਂ ਮੋਰਚਾ ਖੋਲ੍ਹਤਾ, ਸੰਘਰਸ਼ ਲੜਿਆ, ਜੇਲ੍ਹਾਂ ਭਰੀਆਂ ਲਾ। ਇਸ ਤੋਂ ਇਲਾਵਾ ਦੇਸ਼ ਤੋਂ ਪਹਿਲਾਂ ਵੀ ਕਿੰਨੇ ਹੀ ਮੋਰਚੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਲੜੇ, ਗੁਰਦੁਆਰਾ ਸੁਧਾਰ ਲਹਿਰ, ਤਮਾਮ ਤਰ੍ਹਾਂ ਦਾ ਇੱਕ ਇਤਿਹਾਸ ਹੈ ਇਸ ਪਾਰਟੀ ਦਾ। ਬਾਦਲ ਸਾਹਿਬ ਕਿੰਨੇ ਵਾਰ ਮੁੱਖ ਮੰਤਰੀ ਰਹੇ, ਗੁਰਚਰਨ ਸਿੰਘ ਟੌੜਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਤਮਾਮ ਤਰ੍ਹਾਂ ਦੇ ਲੀਡਰ, ਮਾਸਟਰ ਤਾਰਾ ਸਿੰਘ, ਇੱਕ ਵੱਡੇ ਨਾਮ ਦੇ ਨਾਲ ਇਹ ਪਾਰਟੀ ਜੁੜਦੀ ਹੈ ਜਾ ਕੇ। ਬਾਦਲ ਸਾਹਿਬ ਇਸ ਦੁਨੀਆਂ ਦੇ ਵਿੱਚ ਰਹੇ ਨਹੀਂ, ਬਾਦਲ ਸਾਹਿਬ ਦੇ ਫਰਜੰਦ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹ ਪਾਰਟੀ ਪ੍ਰਧਾਨ ਨੇ। ਲਗਾਤਾਰ 17 ਤੋਂ ਬਾਅਦ ਪਾਰਟੀ ਦਾ ਜਿਹੜਾ ਗ੍ਰਾਫ ਹੈ ਉਹ ਥੱਲੇ ਆ ਰਿਹਾ, ਹਾਰਾਂ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ। ਆਪਣੇ ਹੀ ਲੋਕ ਕਹਿੰਦੇ ਨੇ ਕਿ ਸਾਡਾ ਜਿਹੜਾ ਪ੍ਰਧਾਨ ਹੈ ਬਾਦਲ ਸਾਹਿਬ, ਇਹ ਅਸਤੀਫਾ ਦੇਵੇ। ਝੁੰਦਾ ਕਮੇਟੀ ਬੈਠੀ, ਝੁੰਦਾ ਕਮੇਟੀ ਨੇ ਤਮਾਮ ਤਰ੍ਹਾਂ ਦੀ ਆਪਣੀ ਗੱਲਾਂ ਕੀਤੀਆਂ, ਝੁੰਦਾ ਕਮੇਟੀ ਦੀ ਜਿਹੜੀ ਫਾਈਂਡਿੰਗਸ ਹੈਗੀਆਂ ਸੀ ਉਹਨਾਂ ਨੂੰ ਵੀ ਗੱਲ ਚੱਲਦੀ ਰਹੀ ਕਿ ਜਨਤਕ ਕੀਤਾ ਜਾਵੇ, ਨਹੀਂ ਕੁਛ ਹੋਇਆ। 24 ਦੀ ਚੋਣ ਆ ਗਈ, ਇਸ ਚੋਣ ਦੇ ਵਿੱਚ 10 ਜਿਹੜੇ ਉਮੀਦਵਾਰ ਸੀ ਮੈਦਾਨ ਦੇ ਵਿੱਚ ਸੀ, ਰੁਕ ਸਭ ਜਮਾਨਤਾਂ ਜ਼ਬਤ ਹੋ ਗਈਆਂ। ਬੀਬਾ ਹਰਸਿਮਰਤ ਕੌਰ ਬਾਦਲ ਆਪਣੀ ਸੀਟ ਬਚਾਉਣ ਦੇ ਵਿੱਚ ਉਹ ਸਫਲ ਰਹੇ। ਇੱਕ ਵਾਰ ਫਿਰ ਘਮਸਾਨ ਛਿੜਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਹੁਣ ਲੋਕ ਸਵਾਲ ਕਰ ਰਹੇ ਨੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਊਗਾ, ਕੀ ਹੁਣ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਨਹੀਂ ਕਰੂਗਾ, ਕੀ ਆਪਸੀ ਖਾਨਾ ਜੰਗੀ ਦੇ ਵਿੱਚ ਫਸ ਕੇ ਰਹਿ ਜਾਊਗਾ, ਤਮਾਮ ਤਰ੍ਹਾਂ ਦੇ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਜਿਹੜਾ ਲੰਮਾ ਇਤਿਹਾਸ ਰਿਹਾ, ਤੁਸੀਂ ਨਾਲ ਜੁੜ ਕੇ ਚਲੇ ਆਉਂਦੇ ਵੀ ਰਹੇ ਹੋ, ਕਿੰਨੀ ਘਟਨਾਵਾਂ ਤੁਸੀਂ ਆਪਣੇ ਅੱਖੀ ਦੇਖੀਆਂ ਨੇ? ਅੱਜ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਅੱਜ ਦੇ ਸਮੇਂ ਦੇ ਵਿੱਚ ਕਿੱਥੇ ਖੜਿਆ, ਕਿਹੜੀਆਂ ਘਾਟਾਂ ਨੇ, ਕੀ ਇਹ ਬਣ ਰਿਹਾ? ਹਾਲਾਂਕਿ ਪਹਿਲਾਂ ਵੀ ਆਪਾਂ ਨੇ ਇੱਕ ਵਾਰ ਪ੍ਰੋਗਰਾਮ ਕੀਤਾ ਸੀ ਇਹਦੇ ਉੱਪਰ, ਸ਼੍ਰੋਮਣੀ ਅਕਾਲੀ ਦਲ ਦੇ ਉੱਪਰ, ਤੇ ਅੱਜ ਫਿਰ ਨੌਬਤ ਉਹੀ ਪ੍ਰੋਗਰਾਮ ਕਰਨ ਦੀ ਆ ਗਈ ਕਿ ਕਿਉਂ ਸਾਰਾ ਕੁਛ ਕਿਉਂ ਹੋ ਰਿਹਾ, ਕਿੱਥੇ ਰੁਕ ਸਭ ਗੱਲਬਾਤ ਹੈ। ਤੁਸੀਂ ਆਪਣੇ ਨਜ਼ਰੀਏ ਨਾਲ ਕੀ ਦੇਖ ਰਹੇ ਹੋ ਅਕਾਲੀ ਲੀਡਰਸ਼ਿਪ ਦੇ ਵਿੱਚ ਕਿ ਇਹ ਬਣ ਕੀ ਗਿਆ ਅਕਾਲੀਆਂ ਦੇ ਨਾਲ? ਜੀ ਰੁਕ ਸਾਹਿਬ, ਆਪਾਂ ਮੈਨੂੰ ਯਾਦ ਹੈ ਆਪਾਂ ਉਦੋਂ ਕੀਤਾ ਸੀਗਾ ਪ੍ਰੋਗਰਾਮ, ਬੜਾ ਮੈਨੂੰ ਫੋਨ ਫਾਨ ਵੀ ਬੜੇ ਆਏ, ਬੜਿਆਂ ਨੇ ਗੱਲਾਂ ਕੀਤੀਆਂ। ਆਪਾਂ ਥੋੜ੍ਹਾ ਜਿਹਾ ਨਹੀਂ ਕਰਿਆ ਸੀ, ਇੱਕ ਹਿੱਸਾ ਹੀ ਡਿਸਕਸ ਕਰਿਆ ਸੀ ਕਿ ਵੱਡੇ ਬਾਦਲ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਦੀ ਕੀ ਫਰਕ, ਲੀਡਰਸ਼ਿਪ 'ਚ ਕੀ ਫਰਕ ਹੈ। ਆਪਾਂ ਕਿਹਾ ਸੀ ਵੀ ਉਹ ਜਥੇਦਾਰ ਉਹਨਾਂ ਕੋਲ ਸੀਗਾ ਤਜਰਬਾ, ਤੇ ਇਹ ਮੈਨੇਜਰ ਟਾਈਪ ਨੇ, ਮਤਲਬ ਇਹ ਮੇਜਰ ਸ਼ਿਫਟ ਜਿਹੜੀ ਅਕਾਲੀ ਦਲ ਦੇ ਵਿੱਚ ਆਈ ਵੀ ਉਹਦੇ ਕਰਕੇ ਸਮੱਸਿਆਵਾਂ ਨੇ। ਪਰ ਮੈਂ ਉਹ ਤੋਂ ਬਾਅਦ ਹੋਰ ਚਲੋ ਹਿਸਟਰੀ ਸਟੱਡੀ ਕਰੀ, ਬਹੁਤ ਸਾਰੇ ਹੋਰ ਮਿੱਤਰਾਂ ਦੋਸਤਾਂ ਨੂੰ, ਜਿਹੜੇ ਪੁਰਾਣੇ ਮਿੱਤਰ ਸਾਡੇ ਅਕਾਲੀ ਦਲ ਦੇ ਵਿੱਚ ਵੀ ਸੀ, ਉਹਨਾਂ ਨਾਲ ਵੀ ਡਿਸਕਸ਼ਨਾਂ ਹੋਈਆਂ। ਮੈਨੂੰ ਐਂ ਲੱਗਦਾ ਵੀ ਥੋੜ੍ਹਾ ਹੋਰ ਬਰੀਕੀ 'ਚ ਜਾਣ ਦੀ ਜ਼ਰੂਰਤ ਹੈ। ਉਹ ਤਾਂ ਅੱਜ ਕੱਲ੍ਹ ਇਹ ਰਿਹਾ ਬੇਸਿਕਲੀ ਕਿ ਸਾਰਾ ਦੋਸ਼ ਹੈ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਦੇ ਸਿਰ ਮੜਿਆ ਜਾ ਰਿਹਾ ਹੈ ਕਿ ਉਹਦਾ ਸੁਭਾਅ ਨਹੀਂ ਠੀਕ, ਉਹ ਠੀਕ ਤਰ੍ਹਾਂ ਦਾ ਉਦਾਂ ਦਾ ਲੀਡਰ ਨਹੀਂ, ਜੇ ਉਹ ਠੀਕ ਹੋਵੇ ਤਾਂ ਠੀਕ ਹੋ ਜਾਊਗਾ। ਇਹ ਵੀ ਸੱਚੀ ਹੈ ਗੱਲ, ਪਰ ਇਹ ਤੋਂ ਵੀ ਵੱਡੇ ਨੇ ਬਾਦਲ। ਇਹਨੂੰ ਸਮਝਣਾ ਹੋਵੇ ਥੋੜ੍ਹਾ ਆਪਾਂ ਤਾਂ, ਮੇਰਾ ਖਿਆਲ ਇਹ ਹੈ ਕਿ ਸਾਨੂੰ ਬੈਕਗਰਾਊਂਡ 'ਚ ਜਾਣਾ ਪਊਗਾ ਕਿ ਅਕਾਲੀ ਦਲ ਦਾ ਹਿਸਟਰੀ ਕੀ ਹੈ, ਉਹਦਾ ਸਿੱਖਇਜ਼ਮ ਦੇ ਨਾਲ ਕੀ ਸੰਬੰਧ ਹੈ, ਪੰਜਾਬੀ ਸੁਸਾਇਟੀ ਦੇ ਨਾਲ ਕੀ ਸੰਬੰਧ ਹੈ। ਪੰਜਾਬੀ ਸੁਸਾਇਟੀ ਜਦੋਂ ਵੰਡੀ ਗਈ, ਪਾਕਿਸਤਾਨ ਬਣ ਗਿਆ, ਛੋਟਾ ਇੱਧਰਲਾ ਪੰਜਾਬ ਦਾ ਹਿੱਸਾ ਰਹਿ ਗਿਆ, ਫਿਰ ਪੰਜਾਬੀ ਸੂਬੇ ਲਈ ਲੜੇ, ਫਿਰ ਉਹ ਪੰਜਾਬੀ ਸੂਬੇ ਦੀ ਲੜਾਈ ਸੀ ਜਿਹੜੀ ਸਟੇਟਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਬਣ ਗਈ, ਫਿਰ ਉਹ ਇੱਕ ਲੈਵਲ ਦੇ ਉੱਪਰ ਜਦੋਂ ਐਮਰਜੈਂਸੀ ਲੱਗੀ ਤਾਂ ਮਨੁੱਖੀ ਅਧਿਕਾਰਾਂ ਦੀ ਲੜਾਈ ਵੀ ਬਣੀ, ਪੰਜਾਬ ਦੇ ਜਿਹੜੇ ਹਿੱਤ ਸੀ ਉਹਨਾਂ ਲਈ ਇਹ ਪਾਰਟੀ ਲੜਦੀ ਰਹੀ। ਇਸ ਕਰਕੇ ਇਹਦੀ ਲੋਕਾਂ ਦੇ ਮਨ ਦੇ ਵਿੱਚ ਬੈਠ ਵੀ ਹੈ ਕਹਿ ਲਓ,
ਬਹੁਤ ਸਾਰੇ ਪਰਿਵਾਰ ਨੇ ਪੰਜਾਬ ਦੇ ਵਿੱਚ ਜਿਹੜੇ ਵੈਸੇ ਹੀ ਅਕਾਲੀ ਨੇ, ਉਹਨਾਂ ਦਾ ਲੀਡਰਸ਼ਿਪ ਵਗੈਰਾ ਨਾਲ ਕੋਈ ਸੰਬੰਧ ਨਹੀਂ ਖਾਸ, ਉਹ ਕਹਿ ਲਓ ਗੁਰੂਆਂ ਦੀ ਕਿਰਪਾ ਕਹਿ ਲਓ, ਗੁਰਦੁਆਰਿਆਂ ਨਾਲ ਜੁੜੇ ਹੋਣ ਕਰਕੇ ਕਹਿ ਲਓ, ਪੰਜਾਬੀ ਕਲਚਰ ਕਹਿ ਲਓ। ਪਰ ਹੁਣ ਜਿਹੜਾ ਸੰਕਟ ਹੈ ਨਾ ਦੇ ਵਿੱਚ, ਉਹਦੀਆਂ ਜੜ੍ਹਾਂ ਐਕਚੁਅਲੀ ਇਕੱਲੀਆਂ ਇਸ ਹਿਸਟਰੀ 'ਚ ਨਹੀਂ ਹਨ। ਪਿੱਛੇ ਇੱਕ ਬਹੁਤ ਵੱਡਾ ਮਸ਼ਹੂਰ ਸਕੋਲਰ ਹੋਇਆ ਸੀਗਾ ਅਮੈਰੀਕਾ ਦਾ, ਜਿਹੜਾ ਅਸੀਂ ਪੜ੍ਹਾਉਂਦੇ ਹੁੰਦੇ ਸੀ ਇੱਥੇ ਕਲਾਸਾਂ 'ਚ, ਉਹਨਾਂ ਨੇ ਦੋ ਗੱਲਾਂ ਉਸ ਟਾਈਮ ਪ੍ਰਚਾਰੀਆਂ ਸੀ ਜਦੋਂ ਰਸ਼ੀਆ ਗਿਰਿਆ, ਰਸ਼ੀਆ ਐਜ ਏ ਸਟੇਟ ਜਦੋਂ ਫੇਲ ਹੋਇਆ ਸੀ, ਤਾਂ ਉਹਨਾਂ ਨੇ ਦੋ ਕੱਢੀਆਂ ਸੀ ਗੱਲਾਂ। ਇੱਕ ਤਾਂ ਐਂਡ ਆਫ ਹਿਸਟਰੀ, ਜਿਹਨੂੰ ਪੋਸਟ ਮਾਡਰਨਿਜ਼ਮ ਕਹਿੰਦੇ ਸੀ ਉਸ ਟਾਈਮ, ਇੱਕ ਐਂਡ ਆਫ ਆਈਡੀਆਲੋਜੀ। ਉਹ ਕਹਿੰਦੇ ਜੀ ਹਿਸਟਰੀ ਐਂਡ ਹੋ ਗਈ ਹੈ, ਹੁਣ ਪਿਛਲੀਆਂ ਗੱਲਾਂ ਕਿਸੇ ਨੇ ਨਹੀਂ ਯਾਦ ਕਰਨੀਆਂ, ਕੰਜ਼ਿਊਮਰਿਜ਼ਮ ਆ ਗਿਆ, ਫਲਾਣਾ ਆ ਗਿਆ। ਦੂਜਾ ਸੀਗਾ ਐਂਡ ਆਫ ਆਈਡੀਆਲੋਜੀ ਕਿ ਆਈਡੀਆਲੋਜੀ ਨੂੰ ਛੱਡੋ, ਤੁਸੀਂ ਜੋ ਮੌਕੇ ਦਾ ਸੱਚ ਹੈ ਉਹੀ ਸੱਚ ਮੰਨ ਕੇ ਚੱਲੋ। ਇਹਦੇ ਨਾਲ ਸਿਆਸਤ 'ਤੇ ਬੜਾ ਫਰਕ ਪਿਆ, ਸਿਆਸਤ ਦੇ ਵਿੱਚ ਵੀ ਕਿਸਮ ਦਾ ਕੰਜ਼ਿਊਮਰਿਜ਼ਮ ਆ ਗਿਆ ਕਿ ਜਿਹੜੀ ਚੀਜ਼ ਮੌਕੇ 'ਤੇ ਇਹਨੂੰ ਯੂਜ਼ ਕਰ ਲਓ। ਇਹ ਬਾਅਦ ਦੇ ਵਿੱਚ ਕੌਣ ਪੁੱਛਦਾ ਹੈ ਕਿਹਨੂੰ ਯਾਦ ਰਹਿੰਦਾ ਹੈ, ਕੀ ਹੁੰਦਾ? ਅੱਛਾ, ਜਦੋਂ ਇਹ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ ਆ ਗਈ ਤਾਂ ਇਹ ਲਾਰੇਬਾਜ਼ੀ ਦੇ ਸਿਆਸਤ ਇਹਦੇ ਨਾਲ ਸ਼ੁਰੂ ਹੋ ਗਈ ਹੈ। ਸਭ ਬਾਦਲ ਸਾਹਿਬ ਇਹਨੂੰ ਲੈ ਕੇ ਆਏ, ਵੱਡੇ ਬਾਦਲ ਸਾਹਿਬ, ਕਿ ਪਾਪੂਲਿਜ਼ਮ ਹੈ, ਤੁਸੀਂ ਮਤਲਬ ਬਿਜਲੀ ਫ੍ਰੀ ਕਰ ਦਿਓ, ਫਲਾਣਾ ਕਰ ਦਿਓ। ਉੱਧਰ ਜੈਲਲਤਾ ਲੈ ਕੇ ਆਈ ਸੀ ਪਹਿਲਾਂ, ਹੋਰ ਥਾਵਾਂ 'ਤੇ ਵੀ ਬੜਾ ਐਕਸਪੈਰੀਮੈਂਟ ਹੋਇਆ ਸੀ, ਉਹਦੇ ਨਾਲ ਉਹ ਬਣ ਗਈ। ਦੋ ਵਾਰ ਸਰਕਾਰ ਬਣ ਗਈ, ਪਹਿਲਾਂ ਤਾਂ ਇਹ ਹੁੰਦਾ ਸੀ ਕਿ ਅਕਾਲੀਆਂ ਦੀ ਸਰਕਾਰ ਬਣਦੀ ਸੀ, ਵਿਚਾਲੇ ਹੀ ਟੁੱਟ ਜਾਂਦੀ ਸੀ, ਇਸ ਕਰਕੇ ਉਹਨਾਂ ਕੋਲ ਨਾ ਇੱਕ ਵਿਕਟਮ ਕਾਰਡ ਹੁੰਦਾ ਸੀ ਕਿ ਸੈਂਟਰ ਸਾਡੀ ਸਰਕਾਰ ਨਹੀਂ ਜੀ ਚੱਲਣ ਦਿੰਦਾ, ਸੈਂਟਰ ਨਾਲ ਸਾਡਾ ਵਿਰੋਧ ਹੈ। ਅੱਛਾ, ਸਮਝਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਸੁਸਾਇਟੀ ਹੈ ਜਿਹੜੀ, ਇਹ ਪੇਂਡੂ ਸੁਸਾਇਟੀ ਹੈ, ਪੇਂਡੂ ਸੁਸਾਇਟੀ ਦੇ ਵਿੱਚ ਵੀ ਕਿਸਾਨੀ ਦੀ ਡੋਮੀਨੈਂਸ ਹੈ। ਕਿਸਾਨਾਂ ਦੀ ਸਾਰੀ ਦੁਨੀਆ ਦੀ ਜਿਹੜੀ ਸਟੱਡੀ ਅਸੀਂ ਕਰਦੇ ਰਹੇ ਹਾਂ, ਕਰਾਉਂਦੇ ਰਹੇ ਹਾਂ ਪੀਜ਼ੈਂਟ ਸੁਸਾਇਟੀਜ਼ ਦੀ, ਉਹਨਾਂ 'ਚ ਇੱਕ ਬੜੀ ਵੱਡੀ ਭਾਵਨਾ ਹੁੰਦੀ ਹੈ ਹਮੇਸ਼ਾ ਹੀ। ਆਪਣੇ ਤਾਂ ਇੱਥੇ ਬਹੁਤ ਜ਼ਿਆਦਾ ਹੈ, ਉਹ ਇਸ ਕਰਕੇ ਕਿਉਂਕਿ ਹਿਸਟਰੀ ਦਾ ਵੀ ਰੋਲ ਹੈਗਾ ਇੱਥੇ ਦੀ ਦਾ। ਕਿਸਾਨ ਦੇ ਮਨ ਦੇ ਵਿੱਚ ਹਮੇਸ਼ਾ ਇਹ ਹੁੰਦਾ ਕਿ ਮੇਰੇ ਨਾਲ ਧੱਕਾ ਹੀ ਹੁੰਦਾ। ਅੱਛਾ, ਉਹਦੇ ਨਾਲ ਮੌਸਮ ਵੀ ਧੱਕਾ ਕਰ ਰਿਹਾ ਹੁੰਦਾ, ਉਹਦੇ ਨਾਲ ਮਾਰਕੀਟ ਵੀ ਧੱਕਾ ਕਰ ਰਹੀ ਹੈ, ਸ਼ਾਹੂਕਾਰ ਵੀ ਧੱਕਾ ਕਰ ਦਿੰਦੇ, ਗੱਲ ਸੱਚੀ ਵੀ ਹੁੰਦੀ ਹੈ। ਉਹਨੂੰ ਇਹ ਲੱਗਦਾ ਕਿ ਜਿਹੜੇ ਪੜ੍ਹੇ ਲਿਖੇ ਜਾਂ ਜਿਹੜੀ ਇਸਟੈਬਲਿਸ਼ਮੈਂਟ ਹੈ ਜਿਹੜੀ, ਇਹਨਾਂ ਨੇ ਸਾਨੂੰ ਠੱਗ ਲੈਣਾ। ਅੱਛਾ, ਇੱਥੇ ਆਪਣੇ ਇਹ ਗੱਲ ਬੜੀ ਸਟਰੋਂਗ ਇਸ ਕਰਕੇ ਹੋ ਗਈ ਕਿਉਂਕਿ ਸਿੱਖ ਧਰਮ ਪੜਿਆ, ਸਿੱਖ ਧਰਮ ਦੇ ਉੱਪਰ ਹਮਲੇ ਬੜੇ ਹੋਏ, ਮੁਗਲਾਂ ਦੇ ਰਾਜ ਸੀਗੇ, ਉਹ ਰੈਜ਼ਿਸਟੈਂਸ ਕਰਦੇ ਰਹੇ, ਇੱਕ ਆਈਡੀਆਲੋਜੀ ਮਿਲ ਗਈ, ਉਸ ਭਾਵਨਾ ਨੂੰ ਆਈਡੀਆਲੋਜੀ ਮਿਲ ਗਈ, ਇਹਨੂੰ ਕਹਿੰਦੇ ਅੰਡਰ ਡੋਗ ਫੀਲਿੰਗ। ਅੱਛਾ, ਇੱਥੇ ਕੋਈ ਵੀ ਤੁਸੀਂ ਪਿੰਡ 'ਚ ਦੇਖੋ, ਸਰਪੰਚ ਦੇ ਨਾਲ ਹੁੰਦੇ ਨੇ ਬੰਦੇ, ਜਦੋਂ ਸਰਪੰਚ ਬਣ ਜਾਂਦਾ ਉਦੋਂ ਉਲਟ ਹੋ ਜਾਂਦੇ ਨੇ। ਡਿਪਾਰਟਮੈਂਟਾਂ 'ਚ ਆਪਾਂ ਨੇ ਦੇਖਿਆ ਵੀ ਜਦੋਂ ਕੋਈ ਹੈੱਡ ਬਣ ਜਾਂਦਾ ਜਿਹੜੇ ਉਹਦੇ ਨਾਲ ਨੇ ਉਹਦੇ ਖਿਲਾਫ਼ ਹੋ ਜਾਂਦੇ ਨੇ। ਸਰਕਾਰ ਦਾ ਆਪਾਂ ਆਮ ਆਦਮੀ ਪਾਰਟੀ ਦੇ ਦੇਖ ਕੇ ਹਟੇ ਹਾਂ ਕਿ ਜਿਹੜੀ ਸਰਕਾਰ ਜਦੋਂ ਬਣੀ, ਬਣਦੀ ਸਾਰੇ ਲੋਕ ਉਹਨੂੰ ਅਵੈਲੂਏਟ ਕਰਨ ਲੱਗ ਗਏ, ਉਹਨਾਂ ਨੇ ਵੀ ਗਲਤੀਆਂ ਕਰੀਆਂ, ਉਹਨਾਂ ਦਾ ਜਲੂਸ ਨਿਕਲਣਾ ਸ਼ੁਰੂ ਹੋ ਗਿਆ। ਸੋ ਇਹ ਇੱਕ ਭਾਵਨਾ ਸਾਰੀਆਂ ਜਥੇਬੰਦੀਆਂ ਦੇ ਵਿੱਚ ਹੈ ਕਿ ਇਸਟੈਬਲਿਸ਼ਡ ਜਿਹੜਾ ਲੀਡਰ ਹੈ, ਜੇ ਉਹ ਇਸ ਗੱਲ ਬਾਰੇ ਕੇਅਰਫੁੱਲ ਨਹੀਂ ਤਾਂ ਲੋਕ ਉਹਦੇ ਖਿਲਾਫ਼ ਹੋ ਜਾਂਦੇ। ਹੁਣ ਕੀ ਹੋਇਆ ਕਿ ਜਦੋਂ ਹਾਰ ਗਈ ਪਾਰਟੀ, ਉਦੋਂ ਬਾਅਦ ਹੋਣਾ ਤਾਂ ਚਾਹੀਦਾ ਸੀ ਥੋੜ੍ਹੀ ਜਿਹੀ ਵਿਸ਼ਾਲ ਦਿਲੀ ਦਿਖਾਉਂਦੇ, ਖੁੱਲ੍ਹ ਕੇ ਸਾਰਿਆਂ ਦੇ ਨਾਲ, ਮਤਲਬ ਜਿਹੜੇ ਤਖ਼ਤ 'ਤੇ ਬੈਠੇ ਸੀ ਉਹ ਲੀਡਰਸ਼ਿਪ ਥੱਲੇ ਉੱਤਰੇ ਆਉਂਦੀ। ਜਿਹੜੀ ਚੋਣਾਂ ਕਮੇਟੀ ਦੀ ਗੱਲ ਇੰਨੀ ਕੇ ਸੀ ਅਸਲ ਦੇ ਵਿੱਚ ਕਿ ਤੁਸੀਂ ਭਾਈ ਇਹ ਛੱਡ ਕੇ ਗਰਾਊਂਡ ਲੈਵਲ 'ਤੇ ਆਓ, ਭਾਈਚਾਰਾ ਤਕੜਾ ਕਰੋ। ਅੱਛਾ, ਉਹ ਗੱਲ ਹੋ ਨਹੀਂ ਸਕੀ, ਉਹਦੇ ਕਾਰਨ ਨੇ, ਉਹਦੇ ਕਾਰਨ ਇੱਕ ਤਾਂ ਇਨਸਿਕਿਉਰਿਟੀ ਹੈ। ਐਡਾ ਕੋਈ ਸੰਤ ਮਹਾਤਮਾ ਨਹੀਂ ਹੁੰਦਾ ਜਿਹੜਾ ਪ੍ਰਧਾਨ ਹੈ, ਜੇ ਉਹਨੂੰ ਡਰ ਲੱਗਦਾ ਹੋਵੇ ਕਿ ਜਿਸ ਦਿਨ ਮੈਂ ਪ੍ਰਧਾਨਗੀ ਛੱਡਤੀ ਮੁੜ ਕੇ ਮੈਨੂੰ ਕਿਸੇ ਨੇ ਕੁਰਸੀ 'ਤੇ ਨਹੀਂ ਬੈਠਣ ਦੇਣਾ, ਉਹ ਨਹੀਂ ਛੱਡੂਗਾ। ਦੂਜੀ ਚੀਜ਼ ਇਹਦੇ ਵਿੱਚ ਜਿਹੜੀ ਦਿੱਲੀ ਦਾ ਰੋਲ ਹੈ, ਦੇਖੋ ਪਹਿਲਾਂ ਅਕਾਲੀ ਦਲ ਹੈ ਜਿਹੜਾ, ਜਾਂ ਜਿਹੜੇ ਪੰਜਾਬ ਦੇ ਲੀਡਰ ਸੀ, ਚਾਹੇ ਉਹ ਕਹਿਰੋਂ ਸੀ, ਮਤਲਬ ਕਾਂਗਰਸੀ ਵੀ ਸੀ, ਉਹ ਦਿੱਲੀ ਦੀ ਅੱਖ ਚੱਖ ਪਾ ਕੇ ਦੇਖਣ ਜੋਗੇ ਸੀਗੇ। ਹੁਣ ਅਕਾਲੀ ਦਲ ਦੇ ਵਿੱਚ ਵੀ ਕੋਈ ਐਸਾ ਲੀਡਰ ਨਹੀਂ ਹੈ ਜਿਹੜਾ ਉਹਨਾਂ ਦੀ ਅੱਖ ਚੱਕ ਪਾ ਕੇ ਦੇਖ ਸਕੇ, ਉੱਪਰੋਂ ਜੋ ਮਰਜ਼ੀ ਗੱਲਾਂ ਕਰੀ ਜਾਣ। ਉਹਦਾ ਕਾਰਨ ਇਹ ਬਣਿਆ ਕਿ ਪਹਿਲੇ ਜਿਹੜੇ ਲੀਡਰ ਸੀ ਉਹ ਉਸ ਤਰੀਕੇ ਦੇ ਨਾਲ ਧੰਦਿਆਂ 'ਚ ਨਹੀਂ ਸੀ ਫਸੇ।
ਖੇਤੀ ਕਰਨ ਵਾਲੇ ਸੀ, ਕੋਈ ਜ਼ਿਆਦਾ ਥੋੜ੍ਹਾ ਜਿਹਾ ਅਮੀਰ ਖੇਤੀ ਵਾਲਾ ਹੋ, ਕੋਈ ਘੱਟ ਵਾਲਾ ਹੋ। ਪਰ ਜਿਵੇਂ ਸਾਹਮਣੇ ਸਾਡੇ ਚੇਂਜ ਆਈ ਹੈ, ਖੇਤੀ ਵਾਲੇ ਬੰਦਿਆਂ ਨੇ ਹੌਲੀ ਹੌਲੀ ਟਰੱਕ ਪਾ ਲਏ, ਬੱਸਾਂ ਪਾ ਲਈਆਂ, ਟਰਾਂਸਪੋਰਟਰ ਬਣ ਗਏ, ਹੌਲੀ ਹੌਲੀ ਫਿਰ ਉਹਨਾਂ ਨੇ ਸ਼ਹਿਰੀ ਧੰਦੇ ਨੇ ਜਿਹੜੇ ਹੌਲੀ ਹੌਲੀ ਉਹ ਫੜ ਲਏ, ਪਰ ਉਹ ਧੰਦਿਆਂ 'ਚੋਂ ਇਨਕਮ ਟੈਕਸ ਦੇ ਹੋਰਨਾਂ ਦੇ ਨੈਟਵਰਕ 'ਚ ਆ ਗਏ, ਫੜਤੀਏ ਬਣ ਗਏ ਬਹੁਤ ਸਾਰੇ। ਅੱਛਾ, ਉਹ ਸਾਡੀ ਲੀਡਰਸ਼ਿਪ ਹੈ, ਉਹ ਸਰਕਾਰ ਤੋਂ ਬਿਨਾਂ ਇੱਕ ਡਿੰਗ ਨਹੀਂ ਪੱਟ ਸਕਦੀ। ਪਰ ਇਸੇ ਕਰਕੇ ਜਿਹੜੀ ਪੰਜਾਬ 'ਚ ਸਟੇਟ ਬਣੂਗੀ, ਕਿਸੇ ਦੀ ਬਣ ਜਾਵੇ, ਉਹ ਸੈਂਟਰ ਤੋਂ ਬਿਨਾਂ ਇੱਕ ਡਿੰਗ ਨਹੀਂ ਪੱਟ ਸਕਦੀ, ਉਹਨਾਂ ਨੂੰ ਪਤਾ ਹੈ ਗੱਲ ਦਾ। ਫਿਰ ਉਹ ਸੈਂਟਰ ਦੇ ਖਿਲਾਫ ਮੋਰਚਿਆਂ ਦੀ ਹਿਸਟਰੀ ਨੂੰ ਯਾਦ ਕਰਾ ਕਰਾ ਕੇ ਵੀ ਕੀ ਕਰਨਗੇ? ਲੋਕਾਂ ਨੂੰ ਇਹ ਲੱਗਦਾ ਕਿ ਮੋਰਚਾ ਸਾਡਾ ਲਵਾ ਲੈਂਦੇ ਨੇ, ਸੌਦਾ ਆਪ ਕਰ ਲੈਂਦੇ ਨੇ, ਇਹੀ ਚੀਜ਼ ਹੈ ਨਾ। ਹਰਿਆਣੇ ਦੇ ਵਿੱਚ ਜਾਟਾਂ ਦੀ ਪਾਰਟੀ ਸੀ ਜਿਹੜੀ ਲੋਕ ਦਲ ਸੀ, ਦੇਵੀ ਲਾਲ ਦੀ, ਕਿੱਡੀ ਵੱਡੀ ਪਾਰਟੀ, ਕਿੰਨੇ ਉਹ ਡਿਪਟੀ ਪ੍ਰਾਈਮ ਮਿਨਿਸਟਰ ਤੱਕ ਪਹੁੰਚਿਆ, ਅੱਖਾਂ 'ਚ ਅੱਖਾਂ ਪਾ ਕੇ ਡਰਾਉਂਦੇ ਸੀ। ਗੁਜਰਾਲ ਦੇ ਟਾਈਮ ਆਪਾਂ ਦੇਖਦੇ ਰਹੇ ਹਾਂ, ਕਿੱਥੇ ਵੜ ਗਈ ਜੀ ਉਹ ਪਾਰਟੀ। ਮਤਲਬ ਇੱਕ ਚੇਂਜ ਹੁੰਦਾ, ਮਤਲਬ ਸਾਡੇ ਦੇਖੋ ਪਿਛਲੇ ਸਮੇਂ ਦੇ ਦੌਰਾਨ ਵੀ 2011 ਇੱਕ ਤੋਂ ਲੈ ਕੇ 11 ਤੱਕ, 11 ਤੋਂ ਬਾਅਦ ਹੁਣ ਸੈਂਸਸ ਦੇ ਤੱਕ ਹੋਇਆ ਹੀ ਨਹੀਂ, ਸਾਡੇ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿੰਡਾਂ ਤੋਂ ਪਾਪੂਲੇਸ਼ਨ ਉੱਠ ਕੇ ਸ਼ਹਿਰਾਂ 'ਚ ਆ ਗਈ ਹੈ। ਸ਼ਹਿਰਾਂ 'ਚ ਆਉਣ ਦਾ ਮਤਲਬ ਇਹ ਹੈ ਕਿ ਪਿੰਡ ਹੈ ਜਿਹੜਾ ਉਹ ਪਿੰਡ ਨਹੀਂ ਰਹਿ ਗਿਆ। ਹੁਣ ਅਸੀਂ ਕਹਿ ਰਹੇ ਹਾਂ ਕਿ ਪੇਂਡੂ ਲੋਕ ਨੇ, ਉਹਨਾਂ ਸਾਰੇ ਸ਼ਹਿਰ ਹੀ ਆਉਣਾ ਚਾਹੁੰਦੇ ਨੇ, ਅਸੀਂ ਉੱਥੇ ਹੀ ਇਹਨਾਂ ਦਾ ਬੇਸ ਸੀ ਪੱਕਾ। ਪਰ ਉਹੀ ਲੀਡਰਸ਼ਿਪ ਇਹਨਾਂ ਦੇ ਸ਼ਹਿਰਾਂ 'ਚ ਆ ਕੇ ਉਹਨਾਂ ਨੇ ਕੇਬਲ ਮਾਫੀਆ ਸ਼ੁਰੂ ਕਰ ਲਿਆ, ਹੋਰ ਇਹੋ ਜਿਹੇ ਕੰਮ ਸ਼ੁਰੂ ਕਰ ਲਏ ਨੇ, ਵਾਪਸ ਉਹ ਪਿੰਡਾਂ ਨੂੰ ਜਾਣ ਜੋਗੇ ਨਹੀਂ ਹੈਗੇ। ਉਹਦੇ ਵਿੱਚੋਂ ਹੀ ਗੈਂਗਿਜ਼ਮ ਨਿਕਲਿਆ, ਉਸੇ ਜਿਹੜੀ ਡਿਸਪਲੇਸਮੈਂਟ ਹੈ ਉਹਦੇ ਵਿੱਚੋਂ ਹੀ ਨਸ਼ੇ ਨਿਕਲੇ ਨੇ। 80 ਵਿਆਂ ਤੋਂ ਬਾਅਦ ਜੇ ਤੁਸੀਂ ਐਨਾਲਿਸਿਸ ਕਰਕੇ ਦੇਖੋਗੇ, ਜਿਹੜੀ ਗਰੋਥ ਹੈ ਪੰਜਾਬ ਪੁਲਿਸ ਦੀ, ਆਪਣੀਆਂ ਸਟੇਟਾਂ ਇਕੱਲੀਆਂ ਇੰਡੀਆ ਦੀਆਂ ਚ ਨਹੀਂ, ਸਾਰੀ ਦੁਨੀਆਂ 'ਚ ਸਭ ਤੋਂ ਵੱਧ ਹੋ ਗਈ। 80,000 ਨਫਰੀ ਹੈ, ਕਿੰਨੇ ਜ਼ਿਲ੍ਹੇ ਨੇ ਨੋਰਮਲ ਜ਼ਿਲ੍ਹਿਆਂ ਤੋਂ ਜ਼ਿਲ੍ਹੇ ਹੀ ਕਿੰਨੇ ਬਣਾ ਦਿੱਤੇ ਸੀ, DGPO ਪਤਾ ਨਹੀਂ ਕਿੰਨੇ ਕਿ ਨਹੀਂ। ਜਿਹੜਾ ਇੱਕ ਖਰਚਾ ਹੈ ਆਖਿਰਕਾਰ ਨੋਨ ਪ੍ਰੋਡਕਟਿਵ ਖਰਚਾ, ਜਿਹੜਾ ਸਿਕਿਉਰਿਟੀ 'ਤੇ ਇੰਨਾ ਖਰਚਾ ਹੈ, ਉਹਦੇ ਸਿਰ 'ਤੇ ਕਰਜ਼ਾ ਚੜਿਆ ਲੋਕਾਂ ਦੇ ਸਿਰ 'ਤੇ, ਉਹਦੇ ਨਾਲ ਉਹ ਕਿੱਥੇ ਗਿਆ ਜੀ? ਅਸੀਂ ਇਹ ਜਿਹੜੀ ਮਸ਼ੀਨਰੀ ਇੱਕ ਬਣਾ ਲਈ, ਮਤਲਬ ਚਾਹੇ ਸੁਖਬੀਰ ਸਿੰਘ ਬਾਦਲ ਨੇ, ਚਾਹੇ ਭਗਵੰਤ ਸਿੰਘ ਮਾਨ ਹੈ, ਚਾਹੇ ਉਹ ਬਿੱਟੂ ਹੈ, ਇਹ ਲੀਡਰ ਸਿਕਿਉਰਿਟੀ 'ਚ ਰਹਿਣ ਦੇ ਆਦੀ ਨੇ। ਇਹਨਾਂ ਨੂੰ ਸੈਂਟਰ ਕਹਿ ਦੇਵੇ, ਤੁਹਾਡੀ ਸਿਕਿਉਰਿਟੀ ਵਾਪਸ ਲੈ ਲਾਂਗੇ, ਇਹਨਾਂ ਨੂੰ ਜਿਹੜੀ ਮਰਜ਼ੀ ਪਾਰਟੀ 'ਚ ਲੈ ਜਾਣ, ਜੋ ਮਰਜ਼ੀ ਫੈਸਲਾ ਕਰਾ ਲੈਣ। ਪਰ ਜਿਹੜੀ ਸਾਡੀ ਪੁਲਿਸ ਹੈ, ਜਿਹੜਾ ਸਾਡਾ ਸਟਰਕਚਰ ਹੈ, ਅਸਲ ਦੇ ਵਿੱਚ ਉਹ ਇਹ ਨਸ਼ਿਆਂ ਨੂੰ, ਮਾਈਗ੍ਰੇਸ਼ਨ ਮਾਫੀਏ ਨੂੰ, ਸਾਰੇ ਮਾਫੀਆਂ ਨੂੰ ਪਾਲਦਾ ਹੈ, ਉਹਨਾਂ ਤੋਂ ਪੈਸੇ ਇਕੱਠੇ ਕਰਕੇ ਪੋਲੀਟੀਸ਼ੀਅਨਾਂ ਨੂੰ ਦਿੰਦਾ ਹੈ। ਇਸ ਸਟਰਕਚਰ ਦੇ ਵਿੱਚ ਮੈਨੂੰ ਦੱਸੋ ਨਾ ਤੁਸੀਂ, ਪੁਰਾਣੇ ਹੁਣ ਜਥੇਦਾਰ ਨੇ ਜਿਹੜੇ ਅਸੀਂ ਗੱਲ ਕਰ ਰਹੇ ਹਾਂ, ਵੀ ਜੇ ਮੋਟਰ 'ਤੇ ਬੈਠੇ ਪਰਨਾ ਮੋਢੇ 'ਤੇ ਰੱਖ ਕੇ ਮੋਰਚਾ ਲਾਉਣ ਚਲੇ ਜਾਂਦੇ ਸੀ, ਉਹ ਯੁੱਗ ਬਦਲ ਚੁੱਕਿਆ। ਹੁਣ ਅਸੀਂ ਯਾਦ ਜ਼ਰੂਰ ਕਰੀ ਜਾਂਦੇ ਹਾਂ ਉਹਨੂੰ, ਸਾਰੇ ਕਹਿੰਦੇ ਨੇ ਜੀ ਸਾਡਾ ਪੁਰਾਣਾ ਇਤਿਹਾਸ ਹੈ, 1920 ਦਾ ਇਤਿਹਾਸ ਹੈ, ਗੁਰਦੁਆਰੇ ਮੁਕਤ ਕਰਾਉਣ ਦਾ ਇਤਿਹਾਸ ਹੈ। ਗੁਰਦੁਆਰੇ ਹੁਣ ਕਿਤੋਂ ਮੁਕਤ ਕਰਾਉਣੇ ਨੇ? ਉਹ ਤਾਂ ਮਹੰਤਾਂ ਦੇ ਕਬਜ਼ੇ ਸੀ ਉਸ ਟਾਈਮ, ਹੁਣ ਇਹ ਵਪਾਰੀਆਂ ਦੇ ਕਬਜ਼ੇ 'ਚ ਨੇ। ਮੈਨੂੰ ਇਹ ਦੱਸੋ, ਕਿਸੇ ਗੁਰਦੁਆਰੇ ਦੇ ਵਿੱਚ ਸਾਡੇ ਜਿਹੜੀ SGPC ਹੈ, ਸਾਰੇ ਸਨਮਾਨਯੋਗ ਨੇ, ਬੜੀ ਮਿਹਨਤ ਕਰਦੇ ਨੇ, ਇਹ ਨਹੀਂ ਕਿ ਸੰਸੀਅਰ ਨਹੀਂ ਹਨ, ਕਿਸੇ ਦੇ ਵਿੱਚ ਕੋਈ ਇਹ ਸਿਸਟਮ ਹੈ ਕਿ ਸੰਗਤ ਨੂੰ ਹਿਸਾਬ ਦਿੱਤਾ ਜਾਂਦਾ? ਇਹ ਸਾਰੀਆਂ ਚੀਜ਼ਾਂ ਬਿਜ਼ਨਸ ਬਣ ਗਈਆਂ ਨੇ। ਬਦਕਿਸਮਤੀ ਹੈ ਸਾਡੀ ਇਹ, ਮਤਲਬ ਹਰ ਤੀਜੇ ਸਾਲ ਲਗਭਗ ਅਸੀਂ ਮਾਰਬਲ ਲਾ ਦਿੰਦੇ ਲਿਆ ਕੇ, ਮਤਲਬ ਕਾਰ ਸੇਵਾ ਦਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਿਸਟਮ ਹੈ ਬਣਿਆ। ਉਵੇਂ SGPC ਬਹੁਤ ਵੱਡਾ ਇੱਕ ਸਿਸਟਮ ਬਣ ਗਿਆ, ਉਹਨੇ ਕਿੰਨੀਆਂ ਇੰਸਟੀਟਿਊਸ਼ਨਸ ਖੋਲ੍ਹ ਲਈਆਂ, ਉੱਥੇ ਮੁਲਾਜ਼ਮ ਨੇ ਕਿੰਨੇ ਸਾਰੇ, ਉਹਦੀਆਂ ਤਨਖਾਹਾਂ ਜਾਂਦੀਆਂ ਨੇ। ਮਤਲਬ ਹੁਣੇ ਇਹ 1920 ਵਾਲਾ ਅਕਾਲੀ ਦਲ ਥੋੜ੍ਹੀ,
ਅੱਛਾ, ਇਹ ਹੁਣ ਨਵੇਂ ਚੈਲੰਜ ਨੇ ਜਿਹੜੇ, ਉਹਦੇ ਹਿਸਾਬ ਨਾਲ ਅਸੀਂ ਕਦੇ ਪ੍ਰਪੇਅਰ ਨਹੀਂ ਹੋਏ, ਜਾਂ ਤਾਂ ਅਸੀਂ ਜਿਹੜਾ ਸਾਡਾ ਯੂਥ ਸੀ ਐਜੂਕੇਸ਼ਨ 'ਤੇ ਜ਼ੋਰ ਦਿੰਦੇ, ਜਿਹੜਾ ਇੱਕ ਸਪਿਰਚੁਅਲ ਵਿਰਸਾ ਸੀ ਉਹਦਾ ਜ਼ੋਰ ਦਿੰਦੇ, ਅਸੀਂ ਕੀ ਜ਼ੋਰ ਦਿੱਤਾ? ਅਸੀਂ ਤਾਂ ਜੀ ਲੜਨ ਜੋਗੇ ਹਾਂ, ਅਸੀਂ ਫਲਾਣਾ ਕਰ ਦਿੰਦੇ ਹਾਂ, ਅਸੀਂ ਸਿਰ ਲਾ ਲੈਂਦੇ ਹਾਂ ਫੁਕਰਪਣੇ ਤੋਂ ਇਲਾਵਾ। ਪੰਜਾਬੀ ਕਲਚਰ ਦੇ ਵਿੱਚ ਪਿਛਲੇ ਸਮੇਂ 'ਚ ਜੋ ਵਿਕਾਸ ਹੋਇਆ ਸਾਰਾ, ਪਹਿਲਾਂ ਕਹਿੰਦੇ ਹੁੰਦੇ ਸੀ ਸਾਡੇ ਹੀਰੋ ਨੇ ਸੂਰਮੇ, ਆਸ਼ਿਕ ਅਤੇ ਫਕੀਰ, ਤਿੰਨ ਸੂਰਮੇ ਹੁੰਦੇ ਸੀਗੇ। ਅਸੀਂ ਫਕੀਰ ਛੱਡ ਤੇ ਆਸ਼ਿਕ ਫਿਲਮਾਂ ਦੇ ਵਿੱਚ ਰਹਿ ਗਏ, ਸੂਰਮੇ ਦਾ ਅਸੀਂ ਮਤਲਬ ਡਰਾਮਾ ਜਿਹੜਾ ਉਹ ਸਾਰੇ ਕਰ ਦਿੰਦੇ ਸਾਡੇ। ਅੱਛਾ, ਉਹ ਜਿਹੜੇ ਵੀ ਕੋਈ ਬੰਦੇ ਸ਼ਹੀਦ ਹੋਏ, ਮਤਲਬ ਉਹਨਾਂ ਨੂੰ ਪੂਜੋ ਜੋ ਮਰਜ਼ੀ ਕਰੋ, ਪਰ ਗੱਲ ਇਹ ਹੈ ਕਿ ਸ਼ਹਾਦਤ ਇੱਕ ਚੀਜ਼ ਹੈ। ਗੁਰੂਆਂ ਨੇ ਜੋ ਗੁਰਬਾਣੀ ਦੇ ਸਿੱਖਿਆ ਦਿੱਤੀ, ਉਹ ਤਾਂ ਅੱਛਾ ਮਨੁੱਖ ਬਣਾਉਣ ਦੀ ਹੈ, ਕਿ ਅਸੀਂ ਦੁਨੀਆਂ ਦੇ ਵਿੱਚ ਸਭ ਤੋਂ ਪਿਓਰ ਖਾਲਸਾ ਜਿਹੜਾ ਸਭ ਤੋਂ ਵਧੀਆ ਮਨੁੱਖ ਬਣਾਉਣਾ, ਸਭ ਤੋਂ ਅਕਲਮੰਦ। ਅਸੀਂ ਅਕਲ ਦੇ ਮਗਰ ਟਾਂਗ ਲੈ ਕੇ ਪੈ ਗਏ। ਅੱਛਾ, ਉਹਦੇ 'ਚ ਕੀ ਹੋਇਆ ਕਿ ਉਹਦੇ ਨਾਲੋਂ ਤੋੜਨ ਦੇ ਲਈ ਜਦੋਂ ਜਦੋਂ ਬਹੁਤ ਹੀ ਓਵਰ ਪੰਥਕ ਹੋ ਗਿਆ, ਉਹਨੂੰ ਸਟੇਟ ਯੂਜ਼ ਕਰਨ ਲੱਗ ਗਈ ਸੈਂਟਰ ਦੀ, ਸਭ ਨੂੰ ਪਤਾ ਹੈ ਉਹਨਾਂ ਫੈਮਲੀਆਂ ਨੂੰ ਜਿਸ ਤਰ੍ਹਾਂ ਏਜੰਸੀਆਂ ਆਈਆਂ, ਪੈਸੇ ਸਿੱਟੇ ਗਏ, ਮੈਂ ਨਹੀਂ ਉਹ ਡਿਟੇਲ 'ਚ ਜਾਂਦਾ। ਅਕਾਲੀ ਦਲ ਨੇ, ਮੋਡਰੇਟ ਅਕਾਲੀ ਦਲ ਨੇ ਕੀ ਕਰਿਆ ਕਿ ਪੰਜਾਬੀ ਪਾਰਟੀ ਵਾਲਾ ਟੈਗ ਲਾ ਲਓ, ਇਹ ਏਜੰਡਾ ਛੱਡ ਗਏ, ਸਟੇਟ ਬਣ ਗਈ, ਸਟੇਟ ਚਲਾਈ, ਚਲੋ ਜੋ ਉਹਦੇ 'ਚੋਂ ਬਿਜ਼ਨਸ ਕੀਤੇ, ਜੋ ਮਰਜ਼ੀ ਕਰਿਆ, ਆਪਾਂ ਉਸ ਚੱਕਰ 'ਚ ਨਹੀਂ ਆਪਾਂ ਕਹਿੰਦੇ। ਹੁਣ ਦੁਬਾਰਾ ਜਿਹੜਾ ਰਿਵਾਈਵ ਕਰਨਾ, ਉਹ ਕਿਹੜੇ ਪੰਥ ਨੂੰ ਰਿਵਾਈਵ ਕਰਨਾ? ਹੁਣ ਅਸੀਂ ਦੁਬਾਰਾ ਉਸ ਉਸ ਦੌਰ ਦੇ ਅਕਾਲੀ ਫੂਲਾ ਸਿੰਘ ਨੂੰ ਯਾਦ ਕਰੀ ਜਾਵਾਂਗੇ? ਅਸੀਂ ਅਕਾਲੀ ਫੂਲਾ ਸਿੰਘ ਦਾ ਦੌਰ ਥੋੜ੍ਹੀ ਹੈ, ਕੰਪਿਊਟਰ ਦਾ ਯੁੱਗ ਹੈ, ਸੈਟੇਲਾਈਟ ਲੱਗੀ ਹੋਈ ਹੈ, ਇੱਕ ਇੱਕ ਕੀੜੀ ਤੱਕ ਦੀ ਮੂਵਮੈਂਟ ਸਾਰਾ ਦੇਖ ਸਕਦੀ ਹੈ ਸਾਰੀ ਦੁਨੀਆ, ਪਰ ਦੁਨੀਆ ਗਲੋਬਲ ਵਿਲੇਜ ਬਣ ਗਈ ਹੈ, ਯੂਥ ਸਾਡਾ ਸਾਰੇ ਦਾ ਸਾਰਾ ਬਾਹਰ ਨੂੰ ਜਾ ਰਿਹਾ ਹੈ, ਅਸੀਂ ਸਿਰਫ ਆਈਡੈਂਟੀ ਦੀ ਪੋਲੀਟਿਕਸ ਹੈ ਜਿਹੜੀ ਕਰਕੇ ਉਹਦੇ ਉੱਪਰ ਕਿੱਥੇ ਖੜੇ ਹੋਵਾਂਗੇ। ਸੋ ਜਿਹੜੀ ਕਲੈਰਿਟੀ ਨਹੀਂ ਹੈ ਲੀਡਰਸ਼ਿਪ ਨੂੰ, ਇਹ ਨਹੀਂ ਪਤਾ ਕਿ ਅਸੀਂ ਰਸਤੇ ਕਿਹੜੇ ਜਾਣਾ, ਕਰਨਾ ਕੀ ਹੈ, ਅਸੀਂ ਆਖਰਕਾਰ ਕਿੱਦਾਂ ਦਾ ਫਿਊਚਰ ਆ ਰਿਹਾ। ਆਰਟੀਫਿਸ਼ੀਅਲ ਇੰਟੈਲੀਜੈਂਸ ਆ ਰਹੀ ਹੈ, ਉਹ ਕਹਿੰਦੇ 29 ਤੱਕ ਤਾਂ ਤੁਹਾਡੇ ਦਿਮਾਗਾਂ ਤੋਂ ਜ਼ਿਆਦਾ ਤੇਜ਼ ਹੋ ਜਾਣਗੇ ਕੰਪਿਊਟਰ। ਅਸੀਂ 10 ਸਾਲ ਫੈਸਲਾ ਕਰ ਲਿਆ ਕਿ ਅਸੀਂ 10ਵੀਂ ਤੱਕ ਫੇਲ ਹੀ ਨਹੀਂ ਕਰਨਾ ਕਿਸੇ ਨੂੰ, ਪੰਜਾਬ ਨੂੰ ਅਨਪੜ੍ਹ ਬਣਾ ਦਿੱਤਾ ਸੀ। ਸੋ ਇਸ ਜਿਹੜੇ ਜਿਹੜੀ ਇਹ ਨਿਦਰਾ ਇਹਦੀ ਟੁੱਟਣੀ ਚਾਹੀਦੀ ਹੈ, ਇਸ ਅਨਰਸ਼ੀਏ 'ਚੋਂ ਉਹਨੂੰ ਨਿਕਲ ਕੇ ਸੋਚਣਾ ਚਾਹੀਦਾ ਹੈ ਕਿ ਜੇ ਕੁਛ ਕਰਨਾ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਪੰਥ ਹੈ, ਚਾਹੇ ਪੰਜਾਬ ਹੈ, ਆਖਿਰਕਾਰ ਸਾਡੇ ਕੋਲ ਸਾਡੀ ਰਵਾਇਤੀ ਅਕਲ ਹੈ ਜਿਹੜੀ, ਉਹਦਾ ਹੁਣ ਮਤਲਬ ਕੀ ਹੈ, ਕੀ ਉਹ ਕਿਸੇ ਕੰਮ ਦੀ ਹੈ ਜਾਂ ਨਹੀਂ ਹੈ। ਉਹ ਕਿਸਾਨਾਂ ਨੇ ਥੋੜ੍ਹਾ ਬਹੁਤ ਕੀਤਾ, ਭਾਈਚਾਰਕ ਸ਼ਕਤੀ ਦਿਖਾਈ, ਹੋਰ ਕੀਤਾ ਸਾਰਾ ਕੁਛ, ਅਕਾਲੀਆਂ ਨੇ ਵੀ ਚਲੋ ਉਹਨਾਂ ਦੀ ਮਦਦ ਕਰੀ, ਪਰ ਹੁਣ ਜਿਹੜਾ ਸੰਕਟ, ਜਿਹੜਾ ਵੈਕਿਊਮ ਹੈ ਅਸਲ ਦੇ ਵਿੱਚ, ਉਹ ਪਰਸਪੈਕਟਿਵ ਦਾ ਵੈਕਿਊਮ ਹੈ, ਕਿਸੇ ਕੋਲ ਹੈ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਕਿ ਜੇ ਸੁਧਾਰ ਕਰਨੇ ਕਾਹਦਾ ਸੁਧਾਰ ਕਰਨੇ, ਕਹਿੰਦੇ ਪੰਜਾਬ ਉੱਜੜ ਰਿਹਾ ਜੀ, ਭੂਚਾਲ ਹੋ ਜੀ, ਸਾਰੇ ਰੌਲਾ ਪਾਈ ਜਾ ਰਹੇ ਨੇ, ਕੀ ਕਰੋ ਫਿਰ ਮੈਨੂੰ ਦੱਸੋ। ਕੋਈ ਕਹਿੰਦਾ ਜੀ ਬਹੁਤ ਇੱਕ ਸੰਕਟ ਹੈ ਫਲਾਣਾ, ਬਹੁਤ ਇੱਕ ਸੰਕਟ ਹੈ, ਬਾਹਰ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹ ਕੇ ਇੱਥੇ ਪੜ੍ਹਾਈ ਜਾਂਦੇ ਨੇ। ਅਸੀਂ ਆਪਣੇ ਆਪ ਨੂੰ ਜਿੰਨੀ ਦੇਰ ਸਮਝਦੇ ਨਹੀਂ ਕਿ ਸਾਡਾ ਜਿਹੜਾ ਬੱਚੇ ਨੇ, ਸਾਡੇ ਜਿਹੜੇ ਯੂਥ ਹੈ, ਜੇ ਉਹ ਸਾਡੇ ਤੋਂ ਸਾਡੀਆਂ ਚੰਗੀਆਂ ਚੀਜ਼ਾਂ 'ਚ ਬੈਟਰ ਨਹੀਂ ਹੋਊਗਾ, ਤਾਂ ਇਹ ਸਮਾਜ ਰੁਕੇਗਾ। ਕੋਈ ਸਮਾਜ ਵੀ ਜੇ ਮਾਰਨਾ ਹੋਊ, ਉਹਦਾ ਇਹੀ ਤਰੀਕਾ ਹੁੰਦਾ ਕਿ ਤੁਸੀਂ ਉਹਨਾਂ ਦੇ ਜਿਹੜੇ ਬੈਸਟ ਮਾਇੰਡ ਨੇ, ਉਹਨਾਂ ਨੂੰ ਜਾਂ ਕਿਤੇ ਹੋਰ ਲੈ ਜਾਓ ਜਾਂ ਡਿਸਟੋਰਟ ਕਰ ਦਿਓ। ਆ ਪਾਕਿਸਤਾਨ 'ਚ ਆਪਣੇ ਸਾਹਮਣੇ ਹੋਏ ਤਾਲੀਬਾਨ ਬਣਾ ਦਿੱਤਾ ਸਾਰਾ ਯੂਥ, ਕੀ ਬਣਿਆ ਜੀ ਉਹਦਾ ਮੈਨੂੰ ਦੱਸੋ। ਸੋ ਸਾਡੇ ਅਸੀਂ ਵੱਧ ਤੋਂ ਵੱਧ ਕੀ ਕਰਿਆ, ਅਸੀਂ ਸਪੋਰਟਸ ਦੇ ਵਿੱਚ ਕਬੱਡੀ ਨੂੰ ਮਾਂ ਖੇਡ ਬਣਾ ਲਿਆ, ਅਸੀਂ ਗੀਤਾਂ ਵਾਲਿਆਂ ਨੂੰ ਚੱਕਣਾ ਸ਼ੁਰੂ ਕਰਤਾ। ਇਹ ਐਕਸਪੈਰੀਮੈਂਟ ਤਾਂ ਵੈਸਟ ਵਾਲਿਆਂ ਨੇ, ਜਿਹੜਾ ਬਲੈਕ ਯੂਥ ਹੈ ਉਹਦੇ ਉੱਪਰ ਬਹੁਤ ਕਰ ਲਏ ਨੇ ਪਹਿਲਾਂ, ਕਿ ਇਹਨਾਂ ਨੂੰ ਉਹਨਾਂ ਕੰਮਾਂ 'ਚ ਪਾ ਦਿਓ ਜਿਹਨਾਂ 'ਚ ਇਹਨਾਂ ਦਾ ਮਨ ਹੈ ਜਿਹੜਾ ਖੁੱਬਿਆ ਹੀ ਰਹੇ, ਨਿਕਲਣੇ ਨਾ ਉਹਦੇ 'ਚੋਂ, ਸੋਚ ਹੀ ਨਾ ਸਕਣ ਕਿ ਜੀਵਨ ਦਾ ਆਖਿਰਕਾਰ ਮਕਸਦ ਕੀ ਹੈ। ਗੁਰੂਆਂ ਨੇ ਤਾਂ ਜੀਵਨ ਦਾ ਮਕਸਦ ਦੱਸਿਆ ਕਿ ਮਨੁੱਖੀ ਜੀਵਨ ਹੈ ਜਿਹੜਾ,
ਇਹ ਸਾਰਿਆਂ ਦਾ, ਸਾਰੀ ਕੁਦਰਤ ਇਹਦੀ ਪਨਿਹਾਰੀ ਹੈ, ਇਹ ਸਭ ਦਾ ਸਰਦਾਰ ਹੈ ਜਿਹੜਾ ਮਨੁੱਖ। ਅਸੀਂ ਉਹ 'ਚ ਉਲਝ ਗਏ, ਅਸਲ ਦੇ ਵਿੱਚ ਉਲਝ ਗਏ ਕਿ ਕਮਿਊਨਿਟੀ ਦੀ ਸਿਆਸਤ ਕਰ ਲਈ, ਕਮਿਊਨਿਟੀ ਦੀ ਪੂਜਾ ਸ਼ੁਰੂ ਕਰ ਲਈ। ਅਸੀਂ ਕਿਸੇ ਧਰਮ ਦੀ ਪੂਜਾ ਨਹੀਂ ਕਰਦੇ, ਅਸੀਂ ਤਾਂ ਪੰਥ ਦੀ ਪੂਜਾ ਕਰਦੇ ਹਾਂ। ਪੰਥ ਦਾ ਮਤਲਬ ਕੀ ਹੈ? ਇੱਕ ਕਮਿਊਨਿਟੀ ਦੀ ਪੂਜਾ ਕਰਦੇ ਹਾਂ। ਕਮਿਊਨਿਟੀ ਦਾ ਮਤਲਬ ਕੀ ਹੈ? ਲੀਡਰ ਦੀ ਪੂਜਾ ਕਰਦੇ ਹਾਂ। ਅੱਛਾ, ਬ੍ਰਾਹਮਣਿਜ਼ਮ ਨਾਲ ਹੋਰ ਕੀ ਰੌਲਾ ਸੀ ਗੁਰੂਆਂ ਦਾ? ਸੋ ਇਸ ਕਰਕੇ ਜਿਹੜੀ ਸਾਡੀ ਲੀਡਰਸ਼ਿਪ ਹੈ, ਉਹਨਾਂ ਨੂੰ ਖੁਦ ਵਿਚਾਰਿਆਂ ਨੂੰ ਕਲੈਰਿਟੀ ਨਹੀਂ ਹੈ। ਉਹ ਤਾਂ ਜਿੰਨੀ ਕੁ ਪਾਵਰ ਬਣ ਗਈ ਹੈ ਕੋਲ, ਉਹ ਤਾਂ ਉਹਨੂੰ ਮੇਨਟੇਨ ਕਰਨ 'ਚ ਲੱਗੇ ਹੋਏ ਨੇ ਵੀ ਸਿਕਿਉਰਿਟੀ ਕਿਵੇਂ ਬਚਾ ਕੇ ਰੱਖੀਏ, ਜਿਹੜੀਆਂ ਪ੍ਰੋਪਰਟੀਆਂ ਬਣਾ ਲਈਆਂ ਇਹਨਾਂ ਨੂੰ ਕਿਸ ਤਰ੍ਹਾਂ ਬਚਾ ਕੇ ਰੱਖੀਏ, ਈਡੀ ਊਡੀ ਨਾ ਕਿਤੇ ਆ ਜਾਵੇ। ਅੱਜ ਮੈਂ ਦੇਖ ਰਿਹਾ ਸੀ ਆਪਣੇ ਮਨਪ੍ਰੀਤ ਸਿੰਘ ਅਯਾਲੀ, ਉਹਨਾਂ ਨੇ ਬਗਾਵਤ ਕਰਤੀ। ਇਹ ਬਗਾਵਤਾਂ ਹੋਣਗੀਆਂ ਕਿਉਂਕਿ ਅਸੀਂ ਉਸ ਕੰਪੀਟੀਸ਼ਨ ਦੇ ਵਿੱਚ ਪੈ ਚੁੱਕੇ ਹਾਂ ਜਿਹਦੀ ਸੰਗਲੀ ਕਿਸੇ ਹੋਰ ਦੇ ਹੱਥ 'ਚ ਹੈ। ਮਤਲਬ ਅਸੀਂ ਬਿਜ਼ਨਸ ਦੇ ਕੰਪੀਟੀਸ਼ਨ 'ਚ ਪੈ ਗਏ, ਮਨੁੱਖਤਾ ਦੇ ਕੰਪੀਟੀਸ਼ਨ 'ਚ ਨਹੀਂ ਪਏ ਹੋਏ। ਕੰਪੀਟੀਸ਼ਨ ਤਾਂ ਹੋਣਾ ਚਾਹੀਦਾ ਵੀ ਸਿਆਣਾ ਕੌਣ ਹੈ, ਵਰਤੋਂ ਕਿੰਨੀ ਸਿਆਣਪ, ਦੂਜੇ ਦੀ ਇੱਜ਼ਤ ਅਸੀਂ ਕਿੰਨੀ ਕਰੀਏ, ਅਸੀਂ ਮਨੁੱਖਤਾ ਦੇ ਵਿੱਚ ਮਨੁੱਖਤਾ ਨੂੰ ਕਿਵੇਂ ਵਿਕਾਸ ਕਰੀਏ। ਧਰਮ ਦਾ ਤਾਂ ਇਹ ਆਧਾਰ ਸੀਗਾ, ਪਰ ਉਹ ਹੁਣ ਬਦਕਿਸਮਤੀ ਹੋ ਗਈ ਹੈ ਕਿ ਮਾਡਰਨਾਈਜੇਸ਼ਨ ਆ ਰਹੀ ਹੈ, ਸਾਡੇ ਸਾਹਮਣੇ ਉਹਦੇ ਮਾੜੇ ਰਿਜ਼ਲਟ ਆ ਰਹੇ ਨੇ, ਉਹ 'ਚ ਇਕੱਠੇ ਵੀ ਨਹੀਂ ਹੋ ਰਹੇ, ਇੱਕ ਦੂਜੇ ਤੋਂ ਡਰ ਰਹੇ ਨੇ। ਦੇਖੋ ਜੋ ਆ ਹੁਣ ਪਿਛਲੇ ਦਿਨਾਂ 'ਚ ਹੋਇਆ, 10 ਥਾਵਾਂ 'ਤੇ 10 ਸੀਟਾਂ ਦੇ ਵਿੱਚ ਜ਼ਮਾਨਤ ਜ਼ਬਤ ਹੋ ਗਈ। ਜਿਸ ਤਰ੍ਹਾਂ ਟਿਕਟਾਂ ਵੰਡੀਆਂ ਗਈਆਂ, ਉਹ ਡਰ 'ਚੋਂ ਵੰਡੀਆਂ ਗਈਆਂ ਕਿ ਕਿਤੇ ਜਿੱਤ ਨਾ ਜਾਵੇ ਬੰਦਾ। ਜੇ ਕੋਈ ਜਿੱਤ ਗਿਆ ਤਾਂ ਸਾਡੀ ਲੀਡਰਸ਼ਿਪ ਨੂੰ ਚੈਲੰਜ ਬਣੇ। ਇੱਕ ਸੀਟ ਅਸੀਂ ਬਠਿੰਡੇ ਵਾਲੀ ਹੈ ਜਿਹੜੀ ਜਿੱਤ ਲਈ। ਮਤਲਬ ਅੱਜ ਕੱਲ੍ਹ ਭੰਗੂ ਸਾਹਿਬ, ਅਸੀਂ ਤਾਂ ਐਨਾਲਿਸਿਸ ਕਰਦੇ ਰਹੇ ਹਾਂ, ਬੂਥ ਲੈਵਲ ਦੀਆਂ ਵੋਟਾਂ ਦਾ ਪਤਾ ਲੱਗ ਜਾਂਦਾ ਹੈ। ਕੰਸਟੀਚੁਐਂਸੀ ਦੀ ਨਹੀਂ ਗੱਲ ਇਕੱਲੇ ਦੀ, MLA ਦੀ। ਤੁਸੀਂ ਸਾਰਾ ਡਾਟਾ ਹੁਣ ਅਪਲੋਡ ਹੋ ਰਿਹਾ ਹੈ ਬੂਥ ਲੈਵਲ ਦੀਆਂ, ਤੁਹਾਨੂੰ ਸਾਡੇ ਕੋਲ ਟੈਕਨੀਕਸ ਨੇ, ਕੱਢ ਕੇ ਦੱਸ ਦਿੰਦੇ ਹਾਂ ਵੀ ਕਿੱਥੋਂ ਵੋਟਾਂ ਪਈਆਂ ਨੇ, ਔਰ ਇੱਥੋਂ ਤੱਕ ਤੁਸੀਂ ਲੱਭ ਸਕਦੇ ਹੋ ਕਿ ਕਿਹੜੀ ਕੰਸਟੀਚੁਐਂਸੀ ਦੇ ਵਿੱਚ ਦੂਜੀ ਪਾਰਟੀ ਨਾਲ ਸੌਦਾ ਹੋਇਆ ਹੋਊਗਾ, ਇੱਥੋਂ ਉਹਨਾਂ ਨੇ ਵੋਟਾਂ ਕਿੰਨੀਆਂ ਪਵਾਈਆਂ ਨੇ। ਮਤਲਬ ਕੈਂਡੀਡੇਟ ਜੇ ਤੁਸੀਂ ਇਹ ਸੋਚ ਕੇ ਖੜੇ ਕਰ ਰਹੇ ਹੋ ਕਿ ਇੱਥੇ ਸਾਡਾ ਕੈਂਡੀਡੇਟ ਹਾਰਨ ਵਾਲਾ ਖੜਾ ਕਰਦੀ, ਜਿਹੜਾ ਇੱਥੋਂ ਜਿੱਤਣ ਵਾਲਾ ਹੈ ਉਹਦੀ ਮਦਦ ਫਲਾਣੀ ਜਗ੍ਹਾ ਲੈ ਲਈ, ਇਹ ਮੈਨੇਜਮੈਂਟ ਤਾਂ ਬਹੁਤ ਅੱਛੀ ਹੈ, ਪਰ ਅਲਟੀਮੇਟਲੀ ਇਹਨੇ ਜੜ ਪੱਟਦੀ ਹੈ। ਸੋ ਜਿੰਨੀ ਦੇਰ ਦੁਬਾਰਾ ਉਸ ਰੂਪ 'ਤੇ ਨਹੀਂ ਆਉਂਦੇ ਕਿ ਆਖਿਰਕਾਰ ਜੀਵਨ ਕਿੱਡਾ ਕਹਿ, ਮਨੁੱਖਤਾ ਨੂੰ ਨਹੀਂ ਪਾਲਦੇ, ਇਨਸਾਨੀਅਤ ਦੀ ਗੱਲ ਨਹੀਂ ਲੈ ਕੇ ਆਉਂਦੇ, ਦੂਜਿਆਂ ਨੂੰ ਇਨਸਾਨ ਨਹੀਂ ਸਮਝਦੇ ਪਾਰਟੀ ਦੇ ਵਿੱਚ, ਹੀ ਉਨੀ ਦੇਰ ਗੱਲ ਨਹੀਂ ਹੁੰਦੀ। ਪਰ ਉਹਦਾ ਇੱਕੋ ਹੀ ਮੀਟਰ ਹੈ, ਬੜਾ ਸਿੰਪਲ ਜਿਹਾ, ਕਿ ਤੁਸੀਂ ਕਹੋ ਘੱਟ, ਜਿੰਨਾ ਕਹਿੰਦੇ ਉਨਾ ਕਰੋ ਜ਼ਰੂਰ। ਢੀਂਡਸਾ ਸਾਹਿਬ ਨੂੰ ਲਿਆਂਦਾ, ਪੈਟਰਨਾਈਜ਼ ਕਰਤਾ ਜੀ, ਵੱਡਾ ਬਣਾ ਦਿੱਤਾ, ਸਰਪ੍ਰਸਤ ਬਣ ਗਏ, ਜ਼ਲੀਲ ਕਰਕੇ ਕੱਢਤੇ। ਜਗੀਰ ਕੌਰ ਆ ਗਈ, ਕੱਲ੍ਹ ਚੰਦੂ ਮਾਜਰਾ ਸਾਹਿਬ ਰੋ ਰਹੇ ਸੀ ਵਿਚਾਰੇ, ਉਹ ਕਹਿ ਰਹੇ ਸੀਗੇ ਕਿ ਜੀ ਦੇਖੋ ਸਾਨੂੰ ਪਤਾ ਹੀ ਨਹੀਂ, ਸਾਨੂੰ ਕਲੈਰਿਟੀ ਹੋਈ ਨਹੀਂ। ਅੱਛਾ, ਉਹਨੂੰ ਬੰਦੇ ਬਿਜ਼ਨਸਮੈਨ ਬਣੇ ਹੋਏ ਨੇ ਸਾਰੇ, ਚਾਹੇ ਰੱਖੜਾ ਪਰਿਵਾਰ ਹੈ, ਉਹ ਸਾਰੇ BJP ਨਾਲ ਜਾਣਾ ਚਾਹੁੰਦੇ ਸੀ। ਹੁਣ BJP ਨਾਲ ਜਾਣ ਦਾ ਸੰਕਟ ਇਹ ਹੈ ਕਿ ਕਿਸਾਨੀ ਟੁੱਟਦੀ ਤੁਹਾਡੇ ਨਾਲੋਂ ਹੈ, ਕਿ ਤੁਸੀਂ ਦਿੱਲੀ ਨੂੰ ਅੱਖਾਂ ਕੱਢੋਗੇ ਤਾਂ ਤੁਹਾਡੇ ਨਾਲ ਖੜਨਗੇ, ਕਿ ਸਾਡੇ ਕਲਚਰ ਦੀ ਸਮੱਸਿਆ। ਹਾਲਾਂਕਿ ਬਹੁਤ ਸਾਰੇ ਕਿਸਾਨ ਆਗੂ ਵੀ ਦਿੱਲੀ ਤੱਕ ਜਾਂਦੇ ਨੇ, ਉਹਨਾਂ ਦੀਆਂ ਵੀ ਅੰਗਲੀਆਂ ਸੰਗਲੀਆਂ ਹੋਣਗੀਆਂ, ਪਰ ਉਹ ਗੁਪਤ ਚੁਪਤ ਨੇ, ਗਾਲਾਂ ਤਾਂ ਕੱਢਦੇ ਨੇ ਪੂਰੀਆਂ ਉੱਪਰੋਂ। ਸੋ ਗੱਲ ਸਮਝਣ ਵਾਲੀ, ਜਿਹੜੇ ਅਕਾਲੀ ਦਲ ਦਾ ਬੇਸਿਕ ਸੰਕਟ ਹੈ ਉਹ ਇਹ ਹੈ ਕਿ ਹੁਣ 1920 ਵਾਲੇ 'ਚ ਨਹੀਂ ਜਾਇਆ ਜਾਣਾ, ਨਾ ਹੀ 47 ਵਾਲੇ 'ਚ ਜਾਇਆ ਜਾਣਾ, ਨਾ ਹੀ 1966 ਵਾਲੇ 'ਚ ਜਾਇਆ ਜਾਣਾ, ਮੋਰਚੇ ਵਾਲਾ ਜਿਹੜਾ ਸੀ, ਨਾ ਹੀ ਐਮਰਜੈਂਸੀ 'ਚ ਜਾਇਆ ਜਾਣਾ। ਹੁਣ ਮੋਰਚੇ ਨੇ ਜਿਹੜੇ ਅਕਲ ਦੇ ਲਾਉਣੇ ਪੈਣਗੇ ਉਹ, ਇਸ ਕਰਕੇ ਇਹਨਾਂ ਨੂੰ ਜਾਗਣ ਦੀ ਜ਼ਰੂਰਤ, ਚਾਹੇ ਹਾਰ ਵੀ ਜਾਣ, ਕੁਛ ਵੀ ਹੋ ਜਾਣ, ਪਰ ਲੋਕਾਂ ਦਾ ਵਿਸ਼ਵਾਸ ਤਾਂ ਜਿੱਤਿਆ ਜਾਊ ਕਿ ਜੇ ਸੱਚੇ ਹੋਣਗੇ, ਜੇ ਕਹਿਣੀ ਕਰਨੀ ਦੀ ਏਕਤਾ ਹੋ। ਅਦਰਵਾਈਜ਼ ਤੁਸੀਂ ਡਰਾਈ ਜਾਓ ਕਿ ਤੁਹਾਡੇ ਗੁਰਦੁਆਰੇ ਖੋਲਣਗੇ, ਕਿਹੜੇ ਲੋਕਾਂ ਨੂੰ ਆਪਾਂ ਕਹਿ ਰਹੇ ਹਾਂ ਵੀ ਤੁਹਾਡੇ ਗੁਰਦੁਆਰੇ ਖੋਲਣਗੇ, ਉਹਨਾਂ ਦੇ ਤਾਂ ਵਿਚਾਰਿਆਂ ਦੇ ਪਹਿਲਾਂ ਹੀ ਨਹੀਂ, ਉਹ ਤਾਂ ਆਪਾਂ ਖੋਏ ਹੋਏ ਨੇ ਉਹਨਾਂ ਤੋਂ। ਸਮਝਣਾ ਗੱਲ ਨੂੰ, ਦਲਿਤ ਤਾਂ ਸਾਰੇ ਡੇਰਿਆਂ 'ਚ ਚਲੇ ਗਏ ਨੇ,
ਜਦੋਂ ਅਸੀਂ ਕਹਿੰਦੇ ਹਾਂ ਵੀ ਤੁਹਾਡੀ ਦਿੱਲੀ ਕਮੇਟੀ ਲੈ ਗਏ, ਹਰਿਆਣੇ ਵਾਲੀ ਲੈ ਗਏ, ਤੁਹਾਡੀ ਇਹ ਕਮੇਟੀ ਵੀ ਲੈ ਜਾਣਗੇ, ਇਹਦਾ ਮਤਲਬ ਅਸੀਂ ਕਹਿੰਦੇ ਹਾਂ ਵੀ ਗੋਲਕ ਸਾਡੇ ਹੱਥ 'ਚ ਰਹਿਣਗੇ, ਲੋਕ ਇਹਦਾ ਮਤਲਬ ਇਹ ਸਮਝਦੇ ਨੇ। ਸੋ ਇਹ ਹੁਣ ਚੂਚਾ ਜਦੋਂ ਆਂਡੇ ਤੋਂ ਬਾਹਰ ਆ ਜਾਂਦਾ ਦੁਬਾਰਾ ਆਂਡੇ 'ਚ ਨਹੀਂ ਵੜ ਸਕਦਾ। ਇਹ ਨਵੀਆਂ ਸਟ੍ਰੈਟੇਜੀਜ਼ ਬਣਾਉਣੀਆਂ ਪੈਣਗੀਆਂ ਇਹਨਾਂ ਨੂੰ ਐਜੂਕੇਸ਼ਨ ਦੇ ਉੱਪਰ, ਇਹਨਾਂ ਨੂੰ ਯੂਥ ਦੇ ਉੱਪਰ, ਇਹਨਾਂ ਨੂੰ ਹਿਊਮਨ ਡਿਵੈਲਪਮੈਂਟ ਦੇ ਉੱਪਰ, ਔਰ ਸਿੱਖੀ ਦੇ ਵਿੱਚ ਜਿਹੜੀ ਸਪਿਰਚੁਅਲ ਡਿਵੈਲਪਮੈਂਟ, ਇਹਦੇ ਉੱਪਰ ਜੇ ਫੋਕਸ ਕਰਨਗੇ ਤਾਂ ਬਚਾਅ ਹੋਵੇਗਾ। ਨਹੀਂ ਇੱਕ ਜਿਸ ਤਰ੍ਹਾਂ ਮਤਲਬ ਰਾਸ਼ਟਰੀ ਲੋਕ ਦਲ ਆਪਣੇ ਸੀਗਾ ਆਪਣੇ ਦੇਵੀ ਲਾਲ ਸਾਹਿਬ ਵਾਲਾ ਚੁਟਾਲਿਆਂ ਦੀ ਜਿੱਦਾਂ ਪਾਰਟੀ ਸੀ ਉਦਾਂ ਇੱਕ ਰੀਜਨਲ ਪਾਰਟੀ ਹੈ, ਐਂਡ ਉਹਦਾ ਲਗਭਗ ਉਹਨਾਂ ਨੇ ਕਰਤਾ। ਦੇਖੋ ਟ੍ਰੈਜਡੀ ਦੇਖੋ ਕਿ ਬੀਜੇਪੀ ਜੀ ਦਾ ਡਿਕਲੇਅਰਡ ਅਪੋਜੀਸ਼ਨ ਸੀ ਪੰਜਾਬ ਦੇ ਹਰ ਸੈਕਸ਼ਨ ਵੱਲੋਂ, ਕਿਸਾਨਾਂ ਵੱਲੋਂ ਬਹੁਤ ਜ਼ਿਆਦਾ, ਉਹਦੀ ਵੋਟ ਪਰਸੈਂਟੇਜ ਦੇਖੋ ਤੁਸੀਂ, ਉਹਦੀ ਵੋਟ ਪਰਸੈਂਟੇਜ ਹੈ ਜਿਹੜੀ ਇੰਪਰੂਵ ਹੋਈ ਹੈ ਬਹੁਤ ਸਾਰੀ, ਅਕਾਲੀ ਦਲ ਦੀ ਘੱਟ ਗਈ ਹੈ। ਅੱਛਾ ਇਹ ਬਿਲਕੁਲ ਦੇਖਣ ਨੂੰ ਤਿਆਰ ਨਹੀਂ ਇਸ ਰਿਐਲਿਟੀ ਨੂੰ, ਇਹ ਤਾਂ ਕਿਸੇ ਦੀ ਸੁਣ ਕੇ ਹੀ ਨਹੀਂ ਰਾਜੀ। ਸਭ ਤੋਂ ਪਹਿਲਾਂ ਤਾਂ ਗੁਣ ਹੀ ਇਹ ਹੁੰਦਾ ਕਿ ਤੁਸੀਂ ਪਹਿਲਾਂ ਸੁਣੋ ਆਪਣੇ ਬੰਦਿਆਂ ਦੀ, ਸੁਣੋ ਜਿਹੜੇ ਤੁਹਾਡੇ ਲੀਡਰ ਨੇ, ਚਾਹੇ ਗਲਤ ਵੀ ਕਹਿ ਰਹੇ ਹੋਣ, ਫਿਰ ਤੁਸੀਂ ਉਹਨੂੰ ਮਤਲਬ ਰਿਵਿਊ ਕਰੋ ਇਸ ਚੀਜ਼ ਦਾ ਕਿ ਆਖਿਰਕਾਰ ਕਿੱਥੇ ਗੜਬੜ ਹੋ ਗਈ, ਸਾਡੀ ਸਟਰੈਂਥ ਕੀ ਹੁੰਦੀ ਸੀ, ਸਾਡੀ ਵੀਕਨੈਸ ਕੀ ਹੈ। ਅਗਲੇ ਜ਼ਮਾਨੇ 'ਚ ਹੁਣ ਪੁਰਾਣੀ ਸਟਰੈਂਥ ਕਈ ਵਾਰੀ ਬਹੁਤ ਅੱਛੀ ਹੁੰਦੀ ਹੈ, ਉਹ ਨਵੇਂ ਜ਼ਮਾਨੇ 'ਚ ਚੱਲਣੀ ਨਹੀਂ ਹੁੰਦੀ। ਗੱਤਕਾ ਬਹੁਤ ਸੋਹਣਾ ਆਉਂਦਾ ਬੰਦੇ ਨੂੰ, ਅੱਗੇ ਉਹ ਬੰਦਾ ਲੇਜ਼ਰ ਗੰਨ ਵਾਲਾ ਖੜਾ ਹੈ, ਲੜਾਈ ਉਹਦੇ ਨਾਲ ਹੈ, ਉਹਦੇ ਨਾਲ ਗੱਤਕੇ ਨਾਲ ਤੁਸੀਂ ਕੀ ਲੜੋਗੇ ਮੈਨੂੰ ਦੱਸੋ। ਸੋ ਇਹ ਮਾਡਰਨ ਜ਼ਮਾਨੇ ਦੇ ਜਿਹੜੇ ਮਾਡਰਨ ਚੈਲੰਜ ਨੇ ਉਹਨਾਂ ਦੇ ਵਿੱਚ ਰੀ ਇਨਵੈਂਟ ਕਰਨਾ ਪਊ, ਆਪਣੇ ਆਪ ਨੂੰ ਰੀਡਿਫਾਈਨ ਕਰਨਾ ਪਊ। ਇਹ ਸਿਰਫ ਜਿਹੜੀਆਂ ਮੈਨੇਜਰੀਅਲ ਸਕਿੱਲਸ ਨੇ ਨਾ, ਇਹਨੂੰ ਉਹਦੇ ਖਿਲਾਫ ਲੜਾ ਦਿੱਤਾ, ਇਹਨੂੰ ਇੱਦਾਂ ਚੱਕ ਲਿਆ, ਇਹਦੇ ਹੇਠੋਂ ਕੁਰਸੀ ਖਿੱਚ ਲਈ, ਉਹਦੇ ਉੱਪਰ ਕੁਰਸੀ ਸਿੱਟਤੀ, ਮਤਲਬ ਇਹ ਮੇਰਾ ਖਿਆਲ ਹੈ ਸੈਲਫ ਡਿਸਟਰਕਟਿਵ ਮੋਡ ਦੇ ਵਿੱਚ ਪਾਰਟੀ ਪੈ ਚੁੱਕੀ ਹੈ। ਇਹ ਇਕੱਲੀ ਆਪਾਂ ਇੱਕ ਬੰਦੇ ਨੂੰ ਦੋਸ਼ ਨਹੀਂ ਦੇ ਸਕਦੇ, ਠੀਕ ਹੈ ਕਿ ਜਿਹੜਾ ਪ੍ਰਧਾਨ ਹੈ ਉਹਨੂੰ ਸਾਰੇ ਗਾਲਾਂ ਕੱਢਦੇ ਹਨ, ਉਹਦੇ ਸੁਭਾਅ ਨੂੰ ਗਾਲਾਂ ਕੱਢ ਲਓ ਤੁਸੀਂ, ਇਹ ਇੱਕ ਬੰਦੇ ਦਾ ਕ੍ਰੀਏਟਿਡ ਸੰਕਟ ਨਹੀਂ ਹੈਗਾ। ਇਹ ਠੀਕ ਹੈ ਟੈਂਪਰਾਮੈਂਟ ਲੀਡਰਸ਼ਿਪ ਦਾ ਮੈਟਰ ਕਰਦਾ ਬਹੁਤ ਜ਼ਿਆਦਾ, ਪਰ ਇਹ ਹੈ ਕਿ ਕੁਲੈਕਟਿਵਲੀ ਇਹ ਸਾਰਿਆਂ ਨੂੰ, ਕਿਉਂਕਿ ਸਾਰੇ ਇੰਟਰਸਟ ਨਾਲ ਜੁੜੇ ਹੋਏ ਨੇ, ਮਤਲਬ ਮਲੂਕਾ ਸਾਹਿਬ ਦਾ ਦੇਖੋ ਨਾ ਆਪਣੇ ਸਾਹਮਣੇ ਜੋ ਕੁਛ ਹੋਇਆ, ਪਰ ਇਹ ਜਿਹੜੀ ਸਾਰੀ ਜੋ ਪਰਸੈਪਸ਼ਨ ਬਣੀ ਹੈ ਹੁਣ ਦੀ, ਸਿਰਫ ਇੱਕ ਸੀਟ ਬਠਿੰਡੇ ਦੀ ਬਚਾਉਣ ਦੇ ਲਈ ਸਾਰੇ ਪੰਜਾਬ 'ਚ ਕੰਪਰੋਮਾਈਜ਼ ਕੀਤੇ ਗਏ ਨੇ। ਇਹ ਅਕਾਲੀ ਦੀ ਸਫਾਂ ਦੇ ਵਿੱਚੋਂ ਹੀ ਗੱਲਾਂ ਆ ਰਹੀਆਂ। ਮੈਂ ਕਹਿੰਦਾ ਕਿ ਝੂਠ ਹੋ ਸਕਦੀ ਹੈ ਇਹ ਗੱਲ, ਪਰ ਜੇ ਪਰਸੈਪਸ਼ਨ ਸਫਾਂ 'ਚ ਬਣ ਗਈ ਹੈ, ਵਰਕਰਾਂ 'ਚ ਬਣ ਗਈ ਹੈ, ਇਹਦਾ ਮਤਲਬ ਲੀਡਰਸ਼ਿਪ ਦੀ ਜਿਹੜੀ ਕ੍ਰੈਡੀਬਿਲਟੀ ਹੈ ਉਹ ਕਿੰਨੀ ਡਾਊਨ ਹੋਈ ਗਈ। ਇੱਕ ਸਮਾਂ ਸੀਗਾ ਕਿ ਲੀਡਰ ਕਹਿੰਦੇ ਸੀ ਵੀ ਭਾਈ ਜੇਲ੍ਹ ਚੱਲਣਾ, ਕੋਈ ਸਵਾਲ ਹੀ ਨਹੀਂ ਸੀ ਕਰਦੇ, ਲੋਕ ਜੇਲ੍ਹ ਨੂੰ ਤੁਰ ਪੈਂਦੇ ਸੀ, ਹੁਣ ਵੋਟ ਨਹੀਂ ਪਾ ਰਹੇ। ਸੋ ਮੇਰਾ ਖਿਆਲ ਹੈ ਕਿ ਅਕਾਲੀ ਦਲ ਦੀ ਟੋਟਲ ਰੀਸਟਰਕਚਰਿੰਗ, ਪਰ ਜਿਹੜਾ ਰੀਵਿਊ ਕਰਕੇ ਕਿ ਸਿੱਖੀ ਦੀ ਸਟਰੈਂਥ ਕੀ ਹੈ, ਮਤਲਬ ਸਿਰਫ ਲੋਕਾਂ ਦੀ ਸ਼ਰਧਾ ਹੈ, ਇਹਦੇ 'ਤੇ ਕੰਮ ਨਹੀਂ ਚੱਲਣਾ। ਇਸੇ ਕਰਕੇ ਲੋਕ ਨੇ ਜਿਹੜੇ ਦੂਜੇ ਪਾਸੇ ਨੂੰ ਜਾ ਰਹੇ ਨੇ, ਅੰਮ੍ਰਿਤਪਾਲ ਦੀ ਜਿੱਤ ਹੈ ਜਿਹੜੀ, ਈਵਨ ਅੰਮ੍ਰਿਤਪਾਲ ਦਾ ਚਲੋ ਨੋਨ ਸੀ, ਉਹਦਾ ਯੰਗ ਸੀ, ਜੇਲ੍ਹ ਦੇ ਵਿੱਚ ਸੀ, ਬੇਅੰਤ ਸਿੰਘ ਦੇ ਬੇਟੇ ਦੀ ਜਿਹੜੀ ਜਿੱਤ ਹੈ, ਮਤਲਬ ਲਾਸਟ ਤੱਕ ਉਹਦਾ ਨਾਮ ਹੀ ਨਹੀਂ ਸੀ ਪਹਿਲਾਂ ਪਤਾ, ਜਿੱਤ ਗਏ। ਪਰ ਇੰਟਰਸਟਿੰਗਲੀ ਸਿਮਰਨਜੀਤ ਮਾਨ ਦੀ ਹਾਰ ਹੈ ਜਿਹੜੀ, ਮੈਨੂੰ ਇੱਕ ਬਹੁਤ ਸੀਨੀਅਰ ਬੰਦੇ ਨੇ ਅਕਾਲੀ ਸਫਾ ਦੇ ਵਿੱਚੋਂ ਹੀ ਮੈਸੇਜ ਕੀਤਾ ਕਿ ਅਯੋਧਿਆ 'ਚ ਬੀਜੇਪੀ ਹਾਰ ਰਹੀ ਹੈ, ਸੰਗਰੂਰ 'ਚ ਸਿਮਰਨਜੀਤ ਸਿੰਘ ਮਾਨ ਹਾਰ ਰਿਹਾ, ਅਤੇ ਵੈਸੇ ਜਿਹੜੇ ਖਾੜਕੂ ਅੰਮ੍ਰਿਤਪਾਲ ਸਿੰਘ ਅਤੇ ਬੇਅੰਤ ਸਿੰਘ ਦਾ ਬੇਟਾ ਜਿਹੜਾ ਇੰਦਰਾ ਗਾਂਧੀ ਦੇ ਕਾਤਲ ਦਾ ਬੇਟਾ ਹੈ, ਉਹ ਜਿੱਤ ਰਿਹਾ ਹੈ, ਕੀ ਇਸ ਮੈਂਡੇਟ ਨੂੰ ਤੁਸੀਂ ਕੀ ਸਮਝਦੇ ਹੋ? ਸੋ ਮੈਂ ਉਹਨਾਂ ਨੂੰ ਕਹਾਂਗਾ ਦੇਖੋ ਚੇਂਜ ਦਾ ਦੌਰ ਹੈ, ਇਹਦਾ ਕੋਈ ਮੈਂਡੇਟ ਦਾ ਕੋਈ ਨਹੀਂ, ਚੇਂਜ ਹੋ ਰਹੀ ਹੈ, ਲੋਕਾਂ ਦੇ ਮਨ ਚੇਂਜ ਹੋ ਰਹੇ ਨੇ, ਸਰਕਾਰਾਂ ਉਹਨਾਂ ਨੂੰ ਚੇਂਜ ਕਰ ਰਹੀਆਂ ਨੇ, ਲੋਕ ਆਪ ਵੀ ਚੇਂਜ ਹੋ ਰਹੇ ਨੇ। ਦੇਖਣ ਨੂੰ ਚਾਹੇ ਬੇਸ਼ੱਕ ਅਜੇ ਨੈਗੇਟਿਵ ਲੱਗਦਾ, ਹੋ ਸਕਦਾ ਇਹਦੇ 'ਚੋਂ ਵੀ ਕੁਛ ਪੋਜ਼ਿਟਿਵ ਨਿਕਲੇ,
ਪਰ ਜਿਹੜੀ ਲੀਡਰਸ਼ਿਪ ਸਿਆਣੀ ਹੋਊਗੀ, ਜਿਹੜੀ ਆਪਣਾ ਮੰਥਨ ਕਰੂਗੀ, ਜਿਹੜਾ ਆਤਮ ਚੀਨਣ ਦਾ ਕੰਸੈਪਟ ਹੈ ਗੁਰਬਾਣੀ 'ਚ, ਜਿਹੜੇ ਉਹ ਕਰਨਗੇ ਉਹ ਤਾਂ ਨਿਕਲ ਜਾਣਗੇ। ਅਦਰਵਾਈਜ਼ ਫਿਰ ਇਹੀ ਹੈ ਵੀ ਖੁਆਰ ਹੋਏ ਸਭ ਮਿਲੇਂਗੇ, ਬੱਚੇ ਸ਼ਰਨ ਜੋ ਹੋਏ। ਇਹ ਹੁਣ ਆਪਣੀ ਸ਼ਰਨ 'ਚ ਜਿਹੜੇ ਪਾਉਣ ਲੱਗੇ ਉਹਨਾਂ ਦੂਜਿਆਂ ਨੂੰ, ਉਹਨਾਂ ਨੇ ਖੁਆਰ ਹੀ ਹੋਣਾ। ਇਹ ਇਹ ਮੇਰਾ ਖਿਆਲ ਇਹ ਹੈ ਕਿ ਸਿੱਖ ਫਲਸਫੇ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ, ਜਿੰਨਾ ਕੁ ਦੇਖੋ 100% ਨਹੀਂ ਕੋਈ ਕਰ ਸਕਦਾ ਹੁੰਦਾ, ਉਹਨੂੰ ਥੋੜ੍ਹਾ ਬਹੁਤ ਤਾਂ ਕਰਨ। ਲੋਕਾਂ ਨੂੰ ਇਹ ਲੱਗਦਾ ਕਿ ਉਹਦੇ ਖਿਲਾਫ਼ ਚੱਲ ਰਹੇ ਨੇ, ਇਹ ਪਰਸੈਪਸ਼ਨ ਤਾਂ ਕਮ ਸੇ ਕਮ ਤੋੜਨ। ਸੋ ਇਹ ਇਹ ਪ੍ਰਾਇਓਰਟੀਜ਼ ਦੁਬਾਰਾ ਫਿਕਸ ਕਰਨੀਆਂ ਪੈਣਗੀਆਂ। ਅਦਰਵਾਈਜ਼ ਇਹ ਦੁੱਖ ਦੀ ਗੱਲ ਹੈ ਕਿ ਐਡੀ ਮਹਾਨ ਪਾਰਟੀ, ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੇ ਮੋਰਚੇ ਲਾਏ, ਅੰਗਰੇਜ਼ਾਂ ਦੀਆਂ ਜੜ੍ਹਾਂ ਹਿਲਾਤੀਆਂ, ਐਡੀ ਵੱਡੀ ਚੇਂਜ ਵੀ ਬਹੁਤ ਸਾਰੀਆਂ ਪੋਜ਼ਿਟਿਵ ਲਿਆਂਦੀਆਂ, ਪਰ ਇਹ ਪਾਰਟੀ ਹੈ ਜਿਹੜੀ ਬਿਲਕੁਲ ਜਿਵੇਂ ਬਿਰਧ ਹੋ ਗਈ ਹੁੰਦੀ ਹੈ ਨਾ, ਕਿ ਹੁਣ ਗਿਰੀ ਕਿ ਕੱਲ੍ਹ ਗਿਰੀ, ਮਤਲਬ ਏਦਾਂ ਦੀ ਪੋਜੀਸ਼ਨ ਬਣ ਜਾ। ਬਿਲਕੁਲ ਬਿਲਕੁਲ। ਸੋ ਰੁੱਖ ਸਾਹਿਬ, ਬਿਲਕੁਲ ਇੱਕ ਇਮਤਿਹਾਨ ਦਾ ਵੇਲਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ, ਕਿਉਂਕਿ ਉਹ ਜਿਵੇਂ ਵੋਟਾਂ ਮੰਗਣ ਜਾਂਦੇ ਸੀ ਉਮੀਦਵਾਰ, ਮੈਂ ਤਾਂ ਕਹਿੰਦਾ ਕਿ ਹੁਣ ਆਪਣੇ ਆਪ ਤੇ ਵਰਕਿੰਗ ਕਰਨ ਦੀ ਲੋੜ ਹੈ, ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨ ਦੀ ਅਜੇ ਲੋੜ ਨਹੀਂ ਹੈਗੀ, ਤਾਂ ਆਪਣੀ ਘਾਟਾਂ ਪਛਾਣਨ ਦੀ ਲੋੜ ਹੈ। ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਜਾ ਕੇ ਤਾਂ ਫਿਰ ਦੇਖਿਓ ਕਿ ਉੱਥੇ ਤੁਸੀਂ ਕਿੱਥੇ ਖੜੇ ਹੋ। ਪਹਿਲਾਂ ਤਾਂ ਤੁਹਾਨੂੰ ਆਪਣੇ ਆਪ ਤੇ ਕੰਮ ਕਰਨ ਦਾ ਲੋੜ ਹੈ, ਬਾਕੀ ਹੁਣ ਦੇਖਣ ਵਾਲਾ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਸੁਧਾਰ ਲੈ ਕੇ ਆਉਣਗੇ, ਜਾਂ ਫਿਰ ਖਿਲਾਰਾ ਪਊਗਾ ਪਾਰਟੀ ਦੇ ਵਿੱਚ, ਜਾਂ ਫਿਰ ਸਿਰ ਜੋੜ ਕੇ ਬੈਠਣਗੇ, ਕੋਈ ਏਕਾ ਬਣੂਗਾ, ਨਵਾਂ ਵਿਚਾਰ ਕੋਈ ਲੈ ਕੇ ਆਉਣਗੇ ਸਮੇਂ ਦੇ ਉੱਪਰ। ਜੋ ਵੀ ਆਇਆ ਆਪਾਂ ਉਹਦੇ ਜ਼ਰੂਰ ਚਰਚਾ ਕਰਾਂਗੇ। ਤੁਸੀਂ ਸਮਾਂ ਕੱਢਿਆ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੀ। ਬਿਲਕੁਲ, ਚਲੋ ਆਪਣੀ ਤਾਂ ਅਰਦਾਸ ਹੈ, ਫਿਰ ਵੀ ਪੰਜਾਬ ਦੀ ਰੀਜਨਲ ਪਾਰਟੀ ਹੈ, ਜਿਹੜੀਆਂ ਆਸਾਂ ਵੀ ਨੇ ਇਹਨਾਂ ਤੋਂ, ਰੱਬ ਸਮਰਥ ਬਖਸ਼ੇ, ਪਰ ਇਹ ਹੈ ਵੀ ਆਸਾਂ ਲੋਕਾਂ ਦੀਆਂ ਟੁੱਟ ਰਹੀਆਂ ਨੇ। ਚਲੋ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਸ਼ੁਕਰੀਆ।